ਪਾਲਾਸ ਸਿੱਧੂ ਪ੍ਰੈਜ਼ੈਂਟਸ ਛਾਂਗਦੇ ਛਾਂ ਵਧੀਆ ਹੋ ਜੂਗੀ ਛਤਰੀ ਵਰਗੀ ਉੜ ਤਾਰੋ ਉਰੇ ਆ ਪੁੱਤ ਹਾਂ ਮਾਮੀ ਜੀ ਆਈ ਲੈ ਉਤਰ ਕੇ ਚਾਹ ਪੀ ਲੈਂਦਾ ਆਉਣ ਵਾਲਾ ਮੇਰਾ ਫੌਜੀ ਪੁੱਤ ਦੋ ਤਿੰਨ ਦਿਨ ਰਹਿ ਗਏ ਛੁੱਟੀ ਹਾਂ ਮਾਮੀ ਜੀ ਮੈਂ ਤਾਂ ਐਂ ਕਹਿੰਦੀ ਸੀ ਪੁੱਤ ਵਧੀਆ ਥੋੜ੍ਹੀ ਜਿਹੀ ਧੁੱਪ ਕੱਢ ਲਈ ਰੱਬ ਨੇ ਅਤੇ ਆਪਾਂ ਸਾਗ ਧਰਾਂਗੇ ਪਾਥੀਆਂ ਥੱਲਿਆ ਦੋ ਤਿੰਨ ਦਿਨਾਂ ਨੂੰ ਫੌਜੀ ਆਊਗਾ ਨਾ ਸਾਗ ਬਣਾਵਾਂਗੇ ਮਾਮੀ ਸਾਗ ਬਣਾਵਾਂਗੇ ਮੈਨੂੰ ਤਾਂ ਬੜਾ ਸਵਾਦ ਲੱਗਦਾ ਅੱਛਾ ਚੱਲ ਪੁੱਤ ਚੜ ਜਾ ਉੱਤੇ ਲੈ ਮਾਮੀ ਹੱਥ ਪਾ ਲਓ ਮੈਨੂੰ ਤਾਂ ਡਰ ਵੀ ਲੱਗਦਾ ਪੌੜੀ ਤੋਂ ਲੈ ਪੌੜੀ ਖੜ ਲਈ ਇਹ ਮੈਂ ਡਿੱਗਣ ਨਹੀਂ ਦਿੰਦੀ ਹਾਂ ਲੈ ਠੀਕ ਆ ਮਾਮੀ ਜੀ ਕਿੰਨੀ ਸਿਆਣੀ ਕੁੜੀ ਹੈ ਲੈ ਮਿੰਟਾਂ 'ਚ ਚੜ ਗਈ ਮੈਂ ਤਾਂ ਆਖਰੀ ਤਾਂ ਡਿੱਗ ਵੀ ਨਾ ਪਵੇ ਉਲਾਂਬਾ ਹੋ ਜੇ ਕਿਤੇ ਤਾਂ ਕਿਤੇ ਦੇ ਪੈਰ ਦਾ ਤਲਸ ਜਾ ਤੇਰਾ ਥੱਲੇ ਉਤਰੇ ਨਾਲੇ ਚਾਹ ਪੀ ਲੈ ਵਿਆਹ ਟਾਣਾ ਟੁੱਟ ਜੂਗਾ ਨਾਲੇ ਮੰਜਾ ਟੁੱਟ ਜੂ ਆਹ ਦੇਖ ਲੈ ਵੇ ਉਤਰੇ ਉਤਰੇ ਥੱਲੇ ਨਾ ਪੰਗੇ ਲੈ ਆ ਚਾਰ ਪਾਥੀਆਂ ਨੇ ਮਾਮੀ ਵੀ ਨਾ ਬਸ ਐਵੇਂ ਤੰਗ ਕਰੀ ਜਾਊਗੀ ਚੱਲ ਅੱਜ ਧੁੱਪ ਵਧੀਆ ਸੁੱਕ ਜਾਣਗੀਆਂ ਮੈਂ ਵੀ ਫਿਰ ਨਾ ਜਾ ਕੇ ਆਉਂਦੀ ਆਪਦੀ ਸਹੇਲੀ ਨਿੰਮੂ ਕੋਲੇ ਓ ਚੁਰੂ ਹਾਂ ਭੱਜ ਕੇ ਕਰ ਨਸ਼ਾ ਲਾ ਗਿਆ ਆਪਣੀ ਫਿਲਮ ਚੱਲਣੀ ਹੈ ਬੜੀ ਸੋਹਣੀ ਪੰਜਾਬੀ ਆਏ ਹਾਏ ਓਏ ਕਿਹੜੀ ਚੱਲੂਗੀ ਅੱਜ ਬਸ ਅੱਜ ਤੇ ਜਾਰੀ ਜੱਟਰੀ ਚੱਲਣ ਵਾਲੀ ਹੈ ਪੰਜਾਬੀ ਵਰਿੰਦਰ ਦੀ ਉਹਦਾ ਨਹੀਂ ਐਂਡ ਦੇਖਣਾ ਨਾਲ ਰਹਿੰਦਾ ਮੇਰਾ ਤੂੰ ਐ ਕਰ ਮੈਨੂੰ ਦੱਸ ਦੇ ਜਦੋਂ ਰੇਂਜ ਆ ਗਈ ਮੈਂ ਇੱਥੇ ਖੜਾ ਤੂੰ ਬਸ ਹਲਾ ਦੇ ਵੀਰ ਅੰਦਰ ਨਾ ਹੋਈ ਮੈਂ ਤਾਂ ਨਹੀਂ ਅੰਦਰ ਹੁੰਦਾ ਤੂੰ ਬਸ ਹਲਾ ਕੇ ਆ ਜੀ ਕਿਹੜਾ ਬਸ ਮੈਂ ਆ ਦੇਖੀ ਜੇ ਕਿਸੇ ਪਾਸੇ ਖੜਾ ਰਹੀ ਉਹ ਮੈਂ ਇੱਥੇ ਖੜਾ ਬਸ ਕਿਸੇ ਪਾਸੇ ਨਹੀਂ ਜਾਂਦਾ ਬਸ ਮੈਂ ਹੁਣ ਹਲਾ ਦੇ ਬਸ ਮਿੰਟ ਹੀ ਮਾਰ ਵੀਰ ਬਣ ਕੇ ਫਿਲਮ ਬਣਾ ਲਾਂਗੇ ਅੱਜ ਲੈ ਚੱਲੇ ਕਿੱਥੋਂ ਤਾਰ ਤਾਂ ਟੁੱਟੀ ਪਈ ਆ ਇਹੀ ਨਹੀਂ ਸੀ ਚੱਲਦੀ ਇਹ ਤਾਰ ਤਾਂ ਫੇਰ ਜੋੜਾਂਗੇ ਪਹਿਲਾਂ ਇੱਧਰਲੀ ਤਾਰ ਜੋੜੀਏ ਓਏ ਹਲਾ ਕੀ ਕਰਨ ਲੱਗ ਗਿਆ ਆਈ ਨਹੀਂ ਰੇਂਜ ਹਲੇ ਉਹ ਤੇਰੀ ਨਹੀਂ ਆਈ ਰੇਂਜ ਮੇਰੀ ਤਾਂ ਆ ਗਈ ਕਰੀਏ ਨਾ ਸੈਟਿੰਗ ਟਾਈਮ ਲੱਗ ਜੂ ਥੋੜ੍ਹਾ ਜਿਹਾ ਕੀ ਤੂੰ ਮੈਨੂੰ ਕੁਛ ਕਿਹਾ ਨਹੀਂ ਮੈਂ ਤਾਂ ਇੱਧਰ ਰੇਂਜ ਸੈੱਟ ਕਰਦਾ ਸੀ ਉਹ ਡਿਸ਼ ਹਲ ਗਈ ਸਾਡੀ ਰੇਂਜ ਸੈੱਟ ਕਰਦਾ ਸੀ ਨਾਲੇ ਨਾ ਆਪਦੇ ਟੀਵੀ ਦੀ ਆਵਾਜ਼ ਘੱਟ ਰੱਖਿਆ ਕਰੋ ਇੰਨਾ ਖਾਰੂ ਪਾਈ ਰੱਖਦੇ ਸਾਰੀ ਆਵਾਜ਼ ਸਾਡੇ ਘਰੇ ਸੁਣਦੀ ਆ ਲੈ ਆਵਾਜ਼ ਘੱਟ ਕੇ ਫਿਰ ਤਾਂ ਫਿਲਮ ਦੇਖਣ ਦਾ ਸਵਾਦ ਹੀ ਨਹੀਂ ਆਉਂਦਾ ਨਾਲੇ ਜੇ ਆਵਾਜ਼ ਤੁਹਾਨੂੰ ਜ਼ਿਆਦਾ ਲੱਗਦੀ ਆ ਤਾਂ ਤੁਸੀਂ ਆਪਦੇ ਕੰਨਾਂ 'ਚ ਕੁਛ ਪਾ ਲਿਆ ਕਰੋ ਚੱਲ ਤੂੰ ਨਾ ਮਹਿਮਾਨ ਆ ਮਹਿਮਾਨ ਬਣ ਕੇ ਰਿਹਾ ਕਰ ਨਾਲੇ ਮੈਂ ਹੁਣ ਦੱਸ ਦੂੰ ਮਾਮੀ ਨੂੰ ਦੇ ਵੀ ਦੇਊਗੀ ਆ ਕੇ ਪਤਾ ਮੇਰੀ ਮਾਮੀ ਹੁਣ ਲੈ ਲੈ ਉਹ ਡਰਾਬੇ ਮਾਮੀ ਨੂੰ ਮਾਮੀ ਤਾਂ ਸਾਡੇ ਘਰੇ ਫਿਲਮ ਦੇਖਣ ਆਉਂਦੀ ਹੁੰਦੀ ਸੀ ਦੱਸਦੀ ਉਹਨੂੰ ਵੀ ਬਾਜ ਕਰਦੇ ਉਹ ਤਾਂ ਆਪੇ ਆਉਗੀ ਹਾਂ ਵੀ ਚੱਲ ਮੈਂ ਫਿਲਮ ਦੇਖਿਆ ਝੂਠਾ ਮੇਰੀ ਮਾਮੀ ਤੁਹਾਡੇ ਘਰੇ ਫਿਲਮ ਦੇਖਣ ਆਉਂਦੀ ਆ ਲੈ ਨਾਲ ਤੁਸੀਂ ਜਿਹੜਾ ਕੰਮ ਕਰਨ ਆਏ ਸੀ ਉਹ ਕਰ ਲਓ ਅੰਮਸਾਂ ਥੋੜ੍ਹੀ ਸੂਰਜ ਨੇ ਧੁੱਪ ਕਰੀ ਸੀ ਆ ਤੁਸੀਂ ਆ ਕੇ ਫੇਰ ਸ਼ਾਂ ਕਰਾਤੀ ਚੱਲ ਜ਼ਿਆਦਾ ਨਾ ਮਸ਼ਕਰੀਆਂ ਜੀ ਨਾ ਕਰ ਆਪਦਾ ਕੰਮ ਕਰ ਲੈ ਚੁੱਪ ਕਰਕੇ ਮੈਂ ਤਾਂ ਕਰੀ ਜਾਂਦਾ ਬਸ ਰੇਂਜ ਸੈੱਟ ਕਰਨ ਆਇਆ ਸੀ ਮਤਲਬ ਹੁਣ ਦੁਬਾਰੇ ਭੱਜ ਗਈ ਕਿਰਤ ਆ ਗਈ ਸੀ ਰੇਂਜ ਸੈੱਟ ਕਰਨਾ ਸੀ ਜ਼ਿਆਦਾ ਚਲਾਕ ਬਣਦਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਨਾਲੇ ਨਾ ਥੋੜੀ ਟੀਵੀ ਦੀ ਆਵਾਜ਼ ਸਾਡੇ ਘਰੇ ਸੁਣਨੀ ਨਹੀਂ ਚਾਹੀਦੀ ਚੱਲ ਠੀਕ ਹੈ ਜੀ ਅੱਜ ਤੋਂ ਅਸੀਂ ਘੱਟ ਕਰ ਲਿਆ ਕਰਾਂਗੇ ਪਰ ਜੇ ਕੋਈ ਫਿਲਮ ਦੇਖਣੀ ਹੋਈ ਤਾਂ ਆ ਜਾਓ ਸੱਚੀ ਜਾਰੀ ਜੱਟ ਦੀ ਚੱਲਣੀ ਹੈ ਬੜੀ ਘੈਂਟ ਫਿਲਮ ਹੈ ਤੂੰ ਹੀ ਦੇਖ ਲੈ ਇਹੋ ਜਿਹੀਆਂ ਫਿਲਮਾਂ ਸਾਨੂੰ ਨਹੀਂ ਪਸੰਦ ਚਲੋ ਜੇ ਕੋਈ ਹੋਰ ਕੰਮ ਕਰਾਉਣ ਵਾਲਾ ਤਾਂ ਦੱਸ ਦਿਓ ਫਿਲਮ ਤਾਂ ਅਸੀਂ ਬਾਅਦ 'ਚ ਵੀ ਦੇਖ ਲਾਂਗੇ ਤੂੰ ਹੁਣ ਜਾਣਾ ਜੀ ਨਾ ਚਲੇ ਜਾਣਾ ਜੀ ਇੰਨਾ ਕਦੋਂ ਟੁੱਟ ਕੇ ਪੈਂਦੇ ਹੋ ਕੀ ਤੁਸੀਂ ਭਰਿੰਡਾਂ ਖਾ ਲਈਆਂ ਜਿਹੜਾ ਐਂ ਪੈਂਦੇ ਹੋ ਚਲਾ ਚਲਾ ਕੇ
ਜ਼ਿਆਦਾ ਨਾ ਮਸਕੇ ਲਾਉਣ ਦੀ ਲੋੜ ਨਹੀਂ, ਜਾ ਆਪਦਾ ਕੰਮ ਕਰ। ਚੱਲ ਮੈਂ ਤਾਂ ਕਰ ਲੈਣਾ, ਵੈਸੇ ਤੁਸੀਂ ਆਹ ਸੂਟ 'ਚ ਸੋਹਣੇ ਵਾਲੇ ਲੱਗ ਰਹੇ ਹੋ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਜ਼ਿਆਦਾ ਬਣਦਾ ਹੀਰੋ ਆਪਣੇ ਆਪ ਨੂੰ, ਸਤਿ ਸ਼੍ਰੀ ਅਕਾਲ। ਸੂਟ 'ਚ ਬੜੇ ਸੋਹਣੇ ਲੱਗਦੇ ਹੋ, ਮੈਂ ਤਾਂ ਹੈ ਹੀ ਸੋਹਣੀ, ਆਪਦੀ ਬੂਥੀ ਤਾਂ ਦੇਖ ਲਾ। ਚੁਰਲੂ ਜਾ, ਮਸਕੇ ਤਾਂ ਦੇਖ ਕਿਵੇਂ ਲਾਉਂਦਾ ਸੀ, ਆਹ ਸੂਟ 'ਚ ਤੁਸੀਂ ਬੜੇ ਸੋਹਣੇ ਲੱਗਦੇ ਹੋ। ਸੋਹਣੀ ਲੱਗ ਰਹੀ ਹੈ, ਐਵੇਂ ਤਾਂ ਨਹੀਂ ਉਹਨੇ ਕਿਹਾ ਹੋਣਾ, ਸੋਹਣੀ ਲੱਗਦੀ ਹੋਊਗੀ, ਵੈਸੇ ਹੈ ਤਾਂ ਸੋਹਣਾ ਸੀ। ਚੱਲ ਇੰਨੀ ਕਾਕੜ ਤਾਂ ਦਿਖਾਉਣੀ ਚਾਹੀਦੀ ਆ। ਮਰ ਜਾਣੀ ਹੈ, ਊਨਾ ਡਿੱਗ ਪਈ, ਥੱਲੇ ਦੇਖ ਕੇ ਉੱਤਰ ਲਾ। ਆਹ ਵੀ ਸਿਰ ਖਾਈ ਜਾਂਦਾ, ਦੋ ਮਿੰਟ ਖੜੀ ਜਾ ਰਹੀ ਕਿ ਤੇਰੀ ਦਸ ਗਦਰ ਲੰਘਦੀ ਆ। ਓਏ ਉਹ ਚੁਰਲੂ, ਕੀ ਕਰਨ ਲੱਗ ਗਿਆ, ਹਲੇ ਦੱਸੋ ਰੇਂਜ ਨਹੀਂ ਸੈੱਟ ਹੋਈ। ਉਹ ਰੇਂਜ ਤਾਂ ਨਹੀਂ ਆਈ ਯਾਰ। ਕੀ ਹੋ ਗਿਆ? ਬਸ ਆਈ ਸੀ ਥੋੜ੍ਹੀ ਜਿਹੀ, ਭੱਜ ਗਈ। ਤੂੰ ਐਂ ਕਰ, ਹਾਂ ਆਪਾਂ ਕੁਛ ਖਾ ਕੇ ਆਉਂਦੇ, ਚੱਲਦੇ ਹਾਂ। ਖਾ ਪਤੰਦਰ ਆ, ਤੂੰ ਫਿਲਮ ਨਿਕਾਈ ਆ ਮੇਰੀ ਅੱਜ ਯਾਰ। ਉਹ ਫਿਲਮ ਨੂੰ ਕੀ ਆ, ਫੇਰ ਦੇਖ ਲੈ ਕਦੇ ਕੋਈ ਸੀਡੀ ਲਿਆ ਕੇ ਯਾਰ। ਕਮਾਲ ਦੀ ਗੱਲ, ਭੁੱਖ ਬਾਈ ਲੱਗ ਰਹੀ ਆ, ਆਇਆ ਕੁਛ ਖਵਾ ਕੇ ਲਿਆ। ਚੱਲ ਆ ਜਾ, ਖਵਾ ਕੇ ਲਿਆਉਣਾ ਸਮੋਸੇ ਵਧੀਆ। ਹਾਂ ਮਾਮੀ, ਚਾਰ ਕਿਤਾਬਾਂ ਆਥੀਆਂ ਸੀ, ਮੈਂ ਤਾਂ ਮਿੰਟੋ ਮਿੰਟ ਥੱਲੇ ਆਈ। ਚੱਲ ਆਏ ਕਰ ਪੁੱਤ, ਮੈਂ ਕਹਿੰਦੀ ਹਾਂ ਖੇਤ ਵਗ ਜਾ, ਨਾਲੇ ਤਾਂ ਸਾਗ ਤੋੜ ਲਈ, ਨਾਲੇ ਮੂਲੀਆਂ ਲਿਆਈ, ਨਾ ਸਾਗ ਮਤਲਬ ਪੱਟ ਲਈ, ਸਾਗ ਬਣਾ ਕੇ ਰੱਖਾਂਗੇ, ਤੇਰਾ ਫੌਜੀ ਵੀਰ ਆਉਣ ਵਾਲਾ ਨਾ। ਮਾਮੀ ਫਿਰ ਜੇ ਫੌਜੀ ਵੀਰ ਆਏ ਤੇ ਬਣਾ ਲਾਂਗੇ ਆਪਾਂ, ਉਦੋਂ ਤਾਂ ਬੇਹਾ ਹੀ ਹੋਜੂ ਸਾਗ। ਕਹਿੰਦੇ ਹੁੰਦੇ ਨਾ ਬੇਹਾ ਸਾਗ ਸਵਾਦ ਲੱਗਦਾ ਗਾ। ਇਹ ਵੀ ਤੁਹਾਡੀ ਗੱਲ ਠੀਕ ਆ, ਸਾਗ ਤਾਂ ਮੈਨੂੰ ਵੀ ਬਹੁਤ ਸਵਾਦ ਲੱਗਦਾ। ਅੱਛਾ ਹੋਰ, ਚੱਲ ਫਿਰ ਮੈਂ ਲੈ ਕੇ ਆਉਣੀ ਆ। ਹਾਂ ਪੁੱਤ, ਕਾ ਇੰਨੇ ਸਾਰੇ ਤਾਂ ਸਾਗ ਬਣ ਲਿਆਈ। ਠੀਕ ਹੈ, ਤੇ ਨਾਲੇ ਮੂਲੀਆਂ ਬਾਵਾ ਪੱਟ ਲਈ। ਠੀਕ ਆ ਮਾਮੀ ਜੀ। ਕਿਉਂ, ਇਹ ਤਾਂ ਕਹਿੰਦੇ ਹੁੰਦੇ ਚੀਰ ਕੇ ਜੇ ਵੀ ਖਾਧੀਆਂ ਜਾਂਦੀਆਂ ਨਾ ਚੰਗੀਆਂ ਹੁੰਦੀਆਂ ਨਾ। ਹਾਂ ਹਾਂ ਪੁੱਤ, ਚੱਲ ਫੌਜੀ ਵੀਰੇ ਵਾਸਤੇ ਸਾਗ ਲੈ ਕੇ ਆਉਂਦੇ ਆ। ਚੱਲ ਆਇਆ, ਪਹਿਲਾਂ ਅੱਡੇ ਤੇ ਚੱਲਦੇ ਆ। ਹਲੋ, ਕੀ ਖਵਾਏਗਾ ਉੱਥੇ, ਕੀ ਖਾਣਾ ਬੋਲ, ਕੋਈ ਵਧੀਆ ਇਹ ਚੀਜ਼ ਹੋਵੇ ਕਰਾਰੀ ਜੀ। ਫਿਰ ਨਾ ਕਰ, ਅੱਡੇ ਵਾਲੇ ਹਲਵਾਈ ਕੋਲ ਚੱਲਦੇ ਆ ਜਾ। ਅੱਛਾ, ਹਾਂ ਤੇ ਨਾਲੇ ਹੱਥ ਨੇ ਲਾਵਾਂਗੇ ਦੇਸੀ, ਫਿਰ ਵਧੀਆ ਹੱਥ ਨੇ ਪੱਕਾ। ਮਹਾ ਯਾਰ ਤੈਨੂੰ ਮੰਨੀ ਜਾਏਗਾ ਤੂੰ, ਦੇਖ ਖੇਤ ਵਾਲਾ ਕੰਮ ਤਾਂ ਇਹ ਨੇ ਮੇੜੇ ਉੱਗੇ, ਤੇ ਮੈਂ ਆ ਝਾੜੂ ਜਾ ਫੇਰ ਤਾਂ, ਆ ਮਿੰਗਣਾਂ ਜੀਆਂ ਪਈਆਂ ਨੇ ਗੀਆਂ, ਇਹੀ ਜੱਬ ਹੁੰਦਾ ਇਹਦਾ ਛਾਂ ਜੀ ਦਾ। ਆਏ ਹਾਏ, ਛਾਂ ਤਾਂ ਕਹਿੰਦੇ ਹੁੰਦੇ ਗੂੜੀ ਹੁੰਦੀ ਆ, ਤਾਂ ਮਿੰਗੜਾਂ ਨਹੀਂ ਚੁਗੀਆਂ ਜਾਂਦੀਆਂ। ਚੱਲ ਝਾੜੂ ਮਾਰਦਾ ਕਿਤਾ ਦਬਾ ਦਬ ਉਹਦੇ ਆਉਂਦੇ ਨੂੰ, ਇਹਨੇ ਸਾਗ ਲਿਆਊ ਫਿਰ ਦੋਨੇ ਜਣੀਆਂ ਬਣਾ ਲਾਂਗੀਆਂ। ਚੱਲ ਆਹ ਤਾਂ ਵਧੀਆ ਕੀਤਾ, ਮਾਮੀ ਨੇ ਕਹਿਤਾ ਸਾਗ ਲਿਆ, ਮੇਰਾ ਵੀ ਜੀ ਕਰੀ ਜਾਂਦਾ ਸੀ ਸਾਗ ਨੂੰ। ਸਾਗ ਤਾਂ ਬਾਹਲਾ ਸੋਹਣਾ ਖੜਾ, ਇਹਦਾ ਸਵਾਦ ਵੀ ਬਾਹਲਾ ਬਣੂਗਾ। ਪੁੱਤ ਚਟਾਂ ਦੇ ਅਲੜੇ ਰਾਖੀ ਕਰਦੇ ਕਣਕਾਂ ਦੀ, ਹੈ ਤਾਰੋ ਚੱਕੀ ਨੂੰ ਤਾਂ ਫੇਰ ਹੀ ਖਾਵਾਂਗੇ, ਪਹਿਲਾਂ ਦੇਖੀ ਟਰਾਈ ਕਰਕੇ, ਪਰ ਡਰ ਵੀ ਲੱਗਦਾ, ਪਤਾ ਨਹੀਂ ਹਾਂ ਕਰੂਗੀ ਕਿੰਨਾ। ਪਰ ਜੇ ਨਾ ਕਰਨੀ ਹੁੰਦੀ ਤਾਂ ਆਪਦੀ ਇਹ ਮਾਮੀ ਨੂੰ ਦੱਸ ਵੀ ਸਕਦੀ ਸੀ, ਇਹਦੇ ਦਿਲ 'ਚ ਵੀ ਕੁਛ ਨਾ ਕੁਛ ਤਾਂ ਹੈ, ਪਰ ਇਹ ਸੋਚਦੀ ਆ ਵੀ ਪਹਿਲਾਂ ਇਹ ਕਹੇ, ਡਰਦੀ ਹੈ ਕਿਵੇਂ ਕਰਾਂ ਹੁਣ। ਚੱਲ ਹੌਂਸਲਾ ਕਰਕੇ ਪੁੱਛ ਲੈਣਾ, ਲੈ ਵੀ
ਚੁਰ ਲੂ ਕਰ ਹਿੰਮਤ ਜੀ ਕਰਾਂ ਕਿਵੇਂ ਚਲਾਵੇਂਗਾ ਗੱਲ ਕੀ ਕਰਦੇ ਸਾਗ ਤੋੜਦੇ ਸੀ ਜੀ ਨਾ ਤੈਨੂੰ ਦਿਖ ਨਹੀਂ ਰਿਹਾ ਸਾਗ ਹੀ ਤੋੜ ਰਹੀ ਹਾਂ ਹੋਰ ਕੀ ਕਰ ਰਹੀ ਹਾਂ ਉਹ ਦਿਸ ਤੇ ਰਿਹਾ ਸੀ ਪਰ ਹੁਣ ਤਾਂ ਸਾਗ ਸਵਾਦ ਹੀ ਨਹੀਂ ਲੱਗਣਾ ਗਰਮੀ ਜੀ ਕਾਫੀ ਆ ਚੁੱਕੀ ਹੈ ਜੀ ਸਾਗ ਤਾਂ ਬਹੁਤ ਸਵਾਦ ਬਣਦਾ ਜੇਕਰ ਕਿਸੇ ਨੂੰ ਬਣਾਉਣਾ ਆਉਂਦਾ ਹੋਵੇ ਇਹ ਗੱਲ ਵੀ ਹੈ ਜੇ ਕਿਸੇ ਨੂੰ ਬਣਾਉਣਾ ਆਉਂਦਾ ਹੋਵੇ ਤਾਂ ਪਰ ਹਰ ਇੱਕ ਨੂੰ ਤਾਂ ਬਣਾਉਣਾ ਵੀ ਨਹੀਂ ਆਉਂਦਾ ਹਾਂ ਸਹੀ ਗੱਲ ਆ ਤੁਹਾਡੀ ਵੈਸੇ ਤੁਸੀਂ ਵਧੀਆ ਬਣਾ ਲੈਂਦੇ ਹੋ ਲਓ ਜੀ ਸਾਡਾ ਸਾਗ ਜੇ ਤੁਸੀਂ ਖਾ ਲਿਆ ਨਾ ਮੁੜ ਕੇ ਤੁਸੀਂ ਇਹੀ ਕਹੀ ਜਾਣਾ ਕਿ ਸਾਗ ਹੀ ਖਾਣਾ ਹੋਰ ਕੁਛ ਖਾਣਾ ਹੀ ਨਹੀਂ ਅੱਛਾ ਜੀ ਹਾਂ ਫਿਰ ਇੱਕ ਬਾਟੀ ਹੱਥ ਨੇ ਲੈ ਜਾਈਏ ਸਾਡੇ ਘਰੋਂ ਹਾਂ ਤੈਨੂੰ ਤਾਂ ਬਹਾਨਾ ਚਾਹੀਦਾ ਸਾਡੇ ਘਰੇ ਆਉਣ ਦਾ ਉਹ ਲੈ ਬਹਾਨੇ ਵਾਲੀ ਤਾਂ ਕੀ ਗੱਲ ਹੈ ਫਿਰ ਅਸੀਂ ਨਾ ਸਬਜ਼ੀ ਬਣਾਵਾਂਗੇ ਤੁਹਾਡੇ ਸਾਗ ਹੀ ਲੈ ਜਾਵਾਂਗੇ ਅੱਜ ਨਾਲ ਦੇਖ ਲਾਂਗੇ ਵੀ ਕਿਹੋ ਜਿਹਾ ਟੇਸਟੀ ਹੈ ਆ ਜੀ ਮੇਰੇ ਨਾ ਛਿੱਤਰ ਨਾ ਪਵਾ ਦੀ ਮੇਰੀ ਮਾਮੀ ਤੋਂ ਨਹੀਂ ਨਹੀਂ ਛਿੱਤਰ ਪਵਾਉਣ ਵਾਲੀ ਤਾਂ ਕਿਹੜੀ ਗੱਲ ਹੈ ਮੈਂ ਤਾਂ ਕਹਿਣਾ ਬਸ ਵੀ ਸਾਗ ਲੈਣ ਆਇਆ ਸੀ ਨਾਲੇ ਮੈਂ ਤਾਂ ਕੋਈ ਹੋਰ ਗੱਲ ਹੀ ਨਹੀਂ ਕਰੀ ਸੀ ਜੀ ਉਹ ਗੱਲ ਕਰਤੀ ਕਹਿੰਦੇ ਪਿੰਡ ਵੱਜਿਆ ਨਹੀਂ ਮੰਗ ਤੇ ਪਹਿਲਾਂ ਆ ਗਏ ਸਾਗ ਬਣਾ ਤਾਂ ਲੈਣ ਦਿਓ ਲੈਣ ਤੁਸੀਂ ਪਹਿਲਾਂ ਆ ਜਾਓ ਲੈ ਤਾਰੋ ਮੈਂ ਤਾਂ ਤੈਨੂੰ ਬਸ ਪੁੱਛ ਨਹੀਂ ਆਇਆ ਸੀ ਤੁਸੀਂ ਕੋਈ ਹੋਰ ਗੱਲ ਕਰਨੀ ਹੈ ਤੁਹਾਨੂੰ ਕੀ ਨਹੀਂ ਕਿਹਾ ਮੈਂ ਗੱਲ ਕਰਨੀ ਮੈਂ ਤਾਂ ਕੋਈ ਗੱਲ ਨਹੀਂ ਕਰਨੀ ਪਰ ਮੈਂ ਕੁਛ ਕਹਿਣਾ ਸੀ ਹਜੇ ਕੁਛ ਰਹਿ ਗਿਆ ਕਹਿਣ ਵਾਲੀ ਹਾਂਜੀ ਗੁੱਸਾ ਤਾਂ ਨਹੀਂ ਕਰਦੇ ਤੁਸੀਂ ਕੋਈ ਨਹੀਂ ਕਹੋ ਚਲੋ ਠੀਕ ਹੈ ਜੀ ਮੈਂ ਸਾਗ ਲੈਣੀ ਆਉਂਦਾ ਸ਼ਾਮ ਨੂੰ ਜੀ ਚੱਲਦਾ ਠੀਕ ਹੈ ਪਤਾ ਨਹੀਂ ਆਇਆ ਤਾਂ ਇਹ ਕੋਈ ਗੱਲ ਕਰਨ ਸੀ ਲੈ ਕਮਲਾ ਜਾਂ ਮੇਰੇ ਤੋਂ ਡਰੀ ਜਾਂਦਾ ਮੈਂ ਇਹਦੇ ਤੋਂ ਡਰੀ ਜਾਂਦੀ ਹਾਂ ਕਹਿਣ ਦੀ ਹਿੰਮਤ ਨਹੀਂ ਪਈ ਆਨੇ ਬਹਾਨੇ ਜੀ ਗੱਲਾਂ ਕਰਕੇ ਮੁੜ ਗਿਆ ਪਰ ਮੈਨੂੰ ਤਾਂ ਆਪ ਡਰ ਲੱਗਦਾ ਜੇ ਘਰੇ ਪਤਾ ਲੱਗ ਗਿਆ ਨਾ ਮਾਮੀ ਨੇ ਮੈਨੂੰ ਘਰੋਂ ਕੱਢ ਦੇਣਾ ਚੱਲ ਦੇਖਦੀ ਹਾਂ ਜੇ ਤਾਂ ਇਹਨੇ ਕੁਛ ਕਿਹਾ ਤਾਂ ਕਿਹਾ ਨਹੀਂ ਤਾਂ ਫਿਰ ਮੈਂ ਹੀ ਗੱਲ ਸ਼ੁਰੂ ਕਰੂੰਗੀ ਮੈਂ ਹੀ ਕੁਛ ਕਹਿ ਦੇਣਾ ਇਹਨੂੰ ਹਾਜੂ ਰੱਬਾ ਬੜਾ ਘੈਂਟ ਮੌਕਾ ਸੀ ਇਕੱਲੀ ਸੀ ਨਾਲੇ ਪਰ ਕੀ ਕਰਾਂ ਹਿੰਮਤ ਹੀ ਨਹੀਂ ਪੈਂਦੀ ਕੁਛ ਕਹਿਣ ਦੀ ਕੋਈ ਨਹੀਂ ਇਹ ਕਿਹੜਾ ਕੁੰਭ ਦਾ ਮੇਲਾ ਸ਼ਾਮ ਨੂੰ ਸਹੀ ਪਾਣੀ ਲੈਣ ਜਾਊ ਜਾਂ ਬਾਗਲ 'ਚ ਜਾਊਗੀ ਬਾਹਰ ਤਾਂ ਆਊ ਨਾ ਡਿਊਟੀ ਲਾਉਣਾ ਉਹਦੀ ਵੀ ਨਿਗਾਹ ਰੱਖ ਜਦੋਂ ਬਾਹਰ ਆਈ ਕੁਛ ਮਰਜ਼ੀ ਹੋ ਜਾਵੇ ਉਦੋਂ ਤਾਂ ਪੱਕਾ ਬੁਲਾਉਣਾ ਹੀ ਬੁਲਾਉਣਾ ਇਹਨੂੰ ਕਹਿ ਦੇਣਾ ਮੈਂ ਪਿਆਰ ਕਰਦਾ ਆ ਲਓ ਮਾਮੀ ਜੀ ਸਾਗ ਮੈਂ ਲਿਆਈ ਬੜਾ ਸੋਹਣਾ ਸਾਗ ਸੀ ਅੱਛਾ ਬਾਥੂ ਬੁੱਥੂ ਸਾਰਾ ਕੁਛ ਤੋੜ ਲਿਆ ਸਾਰਾ ਕੁਛ ਲਿਆਈ ਮਾਮੀ ਜੀ ਚੱਲ ਐਂ ਕਰ ਪੁੱਤ ਮੈਂ ਸਾਗ ਚੀਰ ਦੀਆਂ ਗਈ ਤੂੰ ਨਾ 20 ਰੁਪਈਆਂ ਦੇ ਪਤਾਸੇ ਲੈ ਕੇ ਆ ਭੱਜ ਕੇ ਠੀਕ ਆ ਮਾਮੀ ਜੀ ਮਾਮੀ ਜੀ ਮੈਂ 10 ਰੁਪਏ ਹੋਰ ਲੈ ਜਾ ਮੈਂ ਨਾ ਸ਼ੈਂਪੂ ਦੀ ਪੁੜੀ ਲਿਆਉਣੀ ਸੀ ਹਾਂ ਲੈ ਜਾ ਪੁੱਤ ਲਿਆ ਮੈਂ ਇਹਨੇ ਚੀਰ ਦੀਆਂ ਗਈ ਹਾਂ ਹਾਂ ਚੀਰ ਲਓ ਤੁਸੀਂ ਚੱਲ ਵਧੀਆ ਕੀਤਾ ਫੌਜੀ ਦੇ ਆਉਂਦੇ ਨੂੰ ਬਣਾ ਲੂੰਗੀ ਮੈਂ ਹੋਰ ਲੈ ਮੈਨੂੰ ਲੱਗਦਾ ਇਹ ਧੁਨ ਚੱਲੇ ਜੇ ਤੂੰ ਕੁਛ ਹੋਣ ਵਾਲਾ ਗੱਲਾਂ ਜਿਹੀਆਂ ਕਰਕੇ ਮੁੜ ਜਾਂਦਾ ਨਾ ਕੋਈ ਗੱਲ ਕਰੇ ਨਾ ਕੋਈ ਬਾਤ ਅੱਜ ਜੇ ਕੁਛ ਕਹਿਣ ਲੱਗਿਆ ਨਾ ਮੈਂ ਹੀ ਨੰਬਰ ਫੜਾ ਦੇਣਾ ਐਂ ਕਰ ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ ਹੁਣ ਅੱਜ ਦਿਲ ਦੀ ਗੱਲ ਕਹੀ ਆ ਜਿਹੜੀ ਹੈਗੀ ਆ ਅਤੇ ਨਾ ਕਹਿ ਕੇ ਜੁੱਤੀ ਤੇਰੇ ਮੈਂ ਫਿਰ
ਉਹ ਡਰ ਲੱਗਦਾ ਯਾਰ। ਉਹ ਯਾਰ ਮੈਂ ਹੈਗਾ ਤੇਰੇ ਨਾਲ ਭਰਾ ਤੇਰਾ। ਉਹਨਾਂ ਦੱਸ ਦੇ ਕਿਤੇ ਉਹ ਭੂਆ ਦਾ ਪੁੱਤ ਟੈਨਸ਼ਨ ਕੋਲ ਇੰਨਾ ਯਾਰ ਹੈਗਾ ਮੈਂ ਕਿਤੇ ਹੋਰ ਲਾਂਭਾ ਲੈ ਕੇ। ਪਰ ਨਹੀਂ ਕੋਈ ਲਾਂਭਾ ਨਹੀਂ ਆਉਂਦਾ, ਪਰ ਗੱਲ ਸੁਣ ਲੈ ਮੇਰੀ, ਜੇ ਅੱਜ ਨਾ ਕਹਿ ਕੇ ਆਇਆ ਤੇਰੀ ਜੁੱਤੀ ਵਾਹਣੀ ਹੈ। ਚੱਲ ਠੀਕ ਹੈ, ਅੱਜ ਫਿਰ ਕਰਕੇ ਆ, ਖੁਸ਼ਖਬਰੀ ਹੋਣੀ ਚਾਹੀਦੀ ਮੈਨੂੰ, ਠੀਕ ਹੈ? ਚਲੇ ਜੁੱਤੀ ਫਿਰ ਮੈਂ ਖੜਨ ਹੋ ਰਹੇ। ਤਾਰੋ ਇੱਕ ਗੱਲ ਕਰਨੀ ਸੀ ਤਾਰੋ ਤੇਰੇ ਨਾਲ। ਹਾਂ ਕਰ। ਤਾਰੋ ਡਰ ਜਿਹਾ ਲੱਗ ਰਿਹਾ, ਕੁਛ ਕਹੋਗੇ ਤਾਂ ਨਹੀਂ? ਰੋਜ਼ ਹੀ ਐ ਕਹਿ ਦਿੰਦਾ, ਜਿਹੜੀ ਅੱਜ ਗੱਲ ਕਹਿਣੀ ਆ ਨਾ ਬਸ ਕਹਿ ਦੇ, ਰੋਜ਼ ਹੀ ਰੋਕ ਕੇ ਜੇ ਖੜ ਜਾਣਾ, ਕਦੇ ਖੇਤ ਕਦੇ ਕੋਠੇ ਤੇ ਕਦੇ ਕਿਵੇਂ। ਤਾਰੋ ਮੈਂ ਜਦੋਂ ਵੀ ਆਉਣਾ ਨਾ ਬਸ ਇੱਥੇ ਤੇਰਾ ਕਰਕੇ ਆਉਣਾ, ਨਹੀਂ ਮੇਰੇ ਇੱਥੇ ਦੱਸ ਕੀ ਤੂਤ ਲਾਏ ਨੇ, ਮੈਂ ਤੈਨੂੰ ਪਸੰਦ ਕਰਦਾ, ਬਸ ਇਹੀ ਦੱਸਣਾ ਸੀ ਤੈਨੂੰ। ਮੇਰੇ 'ਚ ਹਿੰਮਤ ਵੀ ਨਹੀਂ ਪੈਂਦੀ ਸੀ ਕੁਛ ਕਹਿਣ ਦੀ, ਅੱਜ ਮਸਾਂ ਦਿਲ ਜਿਹਾ ਬਣਾ ਕੇ ਕਿਹਾ। ਗੱਲ ਦਾ ਤਾਂ ਮੈਨੂੰ ਪਤਾ ਹੀ ਸੀ ਵੀ ਤੇਰੇ ਦਿਮਾਗ ਦੇ ਵਿੱਚ ਕੀ ਚੱਲਦਾ। ਅਤੇ ਫਿਰ ਕੁਛ ਕਿਹਾ ਕਿਉਂ ਨਹੀਂ? ਮੈਨੂੰ ਇਹ ਸੀ ਵੀ ਚੱਲ ਮੁੰਡਾ ਕਰੂਗਾ ਹਿੰਮਤ, ਪਰ ਮੁੰਡੇ 'ਚ ਹਿੰਮਤ ਨਹੀਂ ਪਈ। ਹਿੰਮਤ ਪੈ ਗਈ? ਲੈ ਆ ਚੱਕ ਨੰਬਰ ਅਤੇ ਫਿਰ ਫੋਨ ਲਾ ਲਈ। ਦੱਸਦੀ ਨੋਟ 'ਤੇ ਕੀ ਗੱਲ, ਤੇਰੇ ਵੀ ਦਿਲ 'ਚ ਸੀ? ਜੋ ਕੁਛ ਤੇਰੇ ਦਿਲ 'ਚ ਚੱਲਦਾ ਸੀ ਨਾ ਉਹੀ ਮੇਰੇ ਦਿਲ 'ਚ ਚੱਲਦਾ ਸੀ, ਮੈਂ ਵੀ ਉਡੀਕ ਹੀ ਕਰ ਰਹੀ ਸੀ ਕਿ ਮੁੰਡਾ ਕਦੋਂ ਕੁਛ ਕਵੇ। ਅੱਛਾ, ਫਿਰ ਲੱਡੂ ਤਾਂ ਦੋਨਾਂ ਦੇ ਮਨਾਂ 'ਚ ਫੁੱਟ ਰਹੇ ਸੀ, ਪਰ ਤੂੰ ਸ਼ੋਅ ਹੀ ਨਹੀਂ ਕੀਤਾ ਕਦੇ ਨਾ। ਚੱਲ ਹੁਣ ਨਾ ਜ਼ਿਆਦਾ ਗੱਲਾਂ ਨਾ ਕਰ। ਚੱਲ ਹੁਣ ਨੰਬਰ ਆ ਗਿਆ ਤੇਰਾ, ਚੱਲ ਠੀਕ ਆ, ਕਰਦਾ ਫਿਰ ਮੈਂ ਫੋਨ ਜਾ ਕੇ। ਖਿਆਲ ਰੱਖੀ ਆਪਣਾ, ਠੀਕ ਆ, ਅਤੇ ਸਾਗ ਲੈਣ ਜ਼ਰੂਰ ਆਊਂ ਫਿਰ ਮੈਂ। ਚੰਗਾ ਲਾਈ ਮਿੱਤਰਾ, ਬਣ ਗਈ ਗੱਲ, ਹੁਣ ਉਹਨੂੰ ਦੱਸਦਾ ਜੇ ਹਾਂ ਹੋ ਗਈ ਤਾਂ ਬੋਤਲ ਤੋਂ ਘੱਟ ਉਹ ਨਹੀਂ ਮੰਨਣਾ। ਚੱਲ ਕਰ ਦਿੰਦੇ ਹਾਂ ਪਾਰਟੀ, ਹੁਣ ਤਾਂ ਨੰਬਰ ਵੀ ਮਿਲ ਗਿਆ। ਕੀ ਬਣਿਆ? ਬਣਨਾ ਕਿਸੇ ਮਾਰਿਆ ਮੋਰਚਾ ਫਿਰ। ਓ ਵਾਹ ਵਾਹ ਮਾਮੇ ਦਾ ਪੁੱਤਾ, ਚੱਲ ਫਿਰ ਅੱਜ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਨੰਬਰ ਲੈ, ਦੱਸ ਦੀ ਨੋਟ 'ਤੇ ਲਿਖੀ ਬੈਠੀ ਸੀ, ਅਸਲ ਦੇ ਵਿੱਚ ਉਹਦੇ ਦਿਲ 'ਚ ਵੀ ਹੈਗੀ ਸੀ ਗੱਲ ਤਾਂ, ਪਰ ਉਹਨੇ ਡਰਦੀ ਨੇ ਕਦੇ ਕਿਹਾ ਹੀ ਨਹੀਂ, ਮੈਨੂੰ ਪਰਖਦੀ ਸੀ ਵੀ ਇਹ ਮੁੰਡਾ ਆਪ ਕਹੀ। ਮੈਂ ਕਹਿਣਾ ਹੁਣ ਤਾਂ ਲੈਣੀ ਪਾਰਟੀ ਉੱਥੋਂ, ਹੁਣ ਸਵੇਰੇ ਲਾਈ, ਰਾਤ ਨੂੰ ਕਈ ਵਾਰੀ ਪਰਿਵਾਰ ਘਰੇ ਹੁੰਦਾ ਹੈ। ਸਹੀ ਗੱਲ ਆ ਤੇਰੀ, ਹੈਨਾ? ਚੱਲ ਫਿਰ ਹੁਣ ਚੱਲੀਏ। ਚੱਲ ਆ ਫਿਰ ਪਾਰਟੀ, ਹੁਣ ਚੱਲ ਲੈ ਕੇ ਫਿਰ ਖੇਤੀ ਬੈਠਦੇ ਹਾਂ, ਮੋਟਰ 'ਤੇ ਬੈਠਦੇ ਹਾਂ। ਵੈਰੀ ਗੁੱਡ, ਹਰ ਫਿਰ ਹੁਣ ਬੋਤਲ ਲੈਣੀ ਆ। ਬੋਤਲ 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 ਲੈ ਲੈਣੀ। ਬੋਤਲ ਬਾਈ ਦੀ ਖਾਸਾ ਹੀ ਦੇ, ਫਿਰ ਇੱਕ ਬੋਤਲ ਖਾਸਾ ਪੀ, ਹੋਰ ਪੀ ਲਾ। ਨਹੀਂ ਨਹੀਂ ਖਾਸੀ ਪੀ, ਖਾਸਾ ਉਹ ਨਹੀਂ ਯਾਰ ਇਹ ਤਾਰੇ ਬੰਦੇ, ਮੈਂ ਤੈਨੂੰ ਐ ਕਹਿੰਦੇ ਵਧੀਆ ਲੈ ਲੈਂਦਾ। ਉਹ ਤੂੰ ਮੰਨਦਾ ਸਹੀ, ਵਧੀਆ ਸੈੱਟ ਰਹਾਂਗੇ। ਉਹ ਪੂਏ ਪੂਏ ਨਾ ਹੋਊਗਾ ਤੈਨੂੰ ਕੀ, ਫਿਰ ਖੇਤ ਜਾ ਕੇ ਵੀ ਕਿਵਾਂਗੇ? ਹਾਂ ਮੋਟਰ ਤੇ ਬੈਠਾਂਗੇ ਤਾਂ ਚੜ੍ਹਦੇ ਨਹੀਂ। ਚੜਾ ਲੈ ਬਈ, ਭਰਜਾਈ ਦਾ ਚਾਹ ਮੇਰੀ ਦਾ ਮੈਨੂੰ ਯਾਰ, ਭਰਜਾਈ ਦਾ ਚਾਹ ਤਾਂ ਹੈਗਾ, ਮੈਨੂੰ ਨਾ ਮਾਰਦੀ ਤੂੰ, ਮੈਂ ਸੈੱਟ ਰਹਾਂਗੇ ਨਾਲੇ ਉਦੇ ਵਾਂਗੂ ਨਹੀਂ ਪੀ ਕੇ ਉੱਥੇ ਡਿੱਗੀ ਜਾਏਗੀ। ਨਹੀਂ ਨਹੀਂ ਕੁਛ ਨਹੀਂ ਕਰਦਾ ਮਾਮੇ ਦਾ, ਬਹੁਤ ਟੈਨਸ਼ਨ ਲੈ, ਧੂਰੇ ਫੜਾ ਹੈ ਯਾਰ। ਪੀਵਾਂਗੇ ਅੱਧੀ ਅੱਧੀ ਦੋਨੇ? ਹਾਂ ਹਾਂ ਅੱਧੀ ਅੱਧੀ ਪੀਵਾਂਗੇ। ਇੱਕ ਪੈਗ ਵੀ ਨਹੀਂ ਤਾਂ ਵੱਧ ਲਾਉਣਾ, ਮੈਂ ਢੱਕਣ ਵੀ ਨਹੀਂ ਬਦਲੂਗਾ। ਬਸ ਫਿਰ ਜਾਰੀ ਹੈ ਨਾ? ਜਾਰੀ ਪੱਕੀ ਹੈ, ਖੁਸ਼ੀ ਵਾਲੀ ਹੈ ਯਾਰ। ਮਾਮੇ ਦਾ ਪਤਾ ਦੇਖਿਆ ਵੇ ਭੂਆ ਦੇ ਪੁੱਤ ਨੂੰ, ਮੁਰਗਾ ਮੁਰਗਾ ਵੀ ਲੈ ਲਈ ਕਹਿ ਲਓ, ਮੁਰਗਾ ਆਂਡਾ ਵੀ ਲੈ ਕੇ ਆਣਾ, ਕੁਛ ਤਾਂ ਲੈ ਲਈਏ। ਉਹ ਯਾਰ ਉੱਥੇ ਖੇਤ ਪਿਆ, ਭੁਜੀਆ ਲੈ ਜਾਵਾਂਗੇ ਤਾਂ ਹਬੀ ਦਾ ਯਾਰ। ਆਂਡੇ ਆਂਡੇ ਲੈ ਲਓ, ਆਪਣੇ ਪੈਸੇ ਹੈ ਨਹੀਂ ਇੰਨੇ ਹੁਣ। ਉਹ ਆ ਜਾ ਮੈਂ ਤੈਨੂੰ ਆਂਡੇ, ਚਲੋ ਚੱਕ ਨਾ ਪਗਲਾ ਯਾਰ। ਬਸ ਯਾਰ ਮੈਂ ਤਾਂ ਸੈੱਟ ਹਾਂ। ਲਾ ਸੈੱਟ ਨੂੰ ਕੀ ਹੈ, ਹੋਰ ਨਹੀਂ ਲਾਉਂਦਾ ਬਈ ਮੈਂ। ਉਹ ਕੀ ਹੋ ਗਿਆ, ਹਾਲ ਤਾਂ ਪੀਤਾ ਹੀ ਜਾਂਦੀ ਹੈ, ਹਾਲ ਤਾਂ ਇੰਨੀ ਪਈ ਹੈ ਇਹ, ਕੌਣ ਪੀਵੇ ਨੂੰ? ਆਏ ਹੋਏ ਟੱਪਦੀ ਨਹੀਂ, ਬਸ ਮੂਲੀ ਖਾ ਲੈ। ਚਲੋ ਮੈਨੂੰ ਇੱਕ ਗੱਲ ਦਾ, ਹਾਂ ਬਈ ਤੈਨੂੰ ਇਹ ਜੰਮਾ ਪਸੰਦ ਆ ਕੁੜੀ? ਹੂੰ ਬਈ ਜੰਮਾ ਸੌਣ ਲੱਗੇ ਪਾਸੇ ਤਾਂ ਦਿਲ 'ਚ ਹੀ ਵਸੀ ਪਈ ਆ। ਸੱਚੀ ਵਸ ਗਈ? ਬਸ ਗਈ ਕੁੜੀ ਦੇ, ਹੈ ਤਾਂ ਸੋਹਣੀ। ਹੂੰ ਮੇਰੀ ਗੱਲ ਇਹ ਹੈ ਵੀ ਪਹਿਲਾਂ ਤਾਂ ਤੂੰ ਐਸਾ
ਵੀ ਮੈਂ ਗੱਲ ਕਰਾਂ ਮਾਮੀ ਹੋਰਾਂ ਨਾਲ ਇਹਦੇ ਵਿਆਹ ਬਾਰੇ ਤੇਰੀ। ਦੇਖ ਜੇ ਤੂੰ ਕਰਾਉਣਾ ਚਾਹੁੰਦਾ, ਜੇ ਕੋਈ ਗੱਲਬਾਤ ਹੋਰ ਹੈਗੀ ਉਵੇਂ ਹੈ ਤਾਂ ਫਿਰ ਤੇਰੀ ਗੱਲ ਜੁਦਾ। ਉਵੇਂ ਆਈ ਕੁਛ ਨਹੀਂ, ਮੈਂ ਤਾਂ ਆਉਂਦੇ ਹੀ ਤੁਹਾਡੇ ਕੋਲ ਇਹਦਾ ਕਰਕੇ ਸੀ ਵੀ ਕਦੋਂ ਮੇਰੀ ਗੱਲ ਬਣੀ। ਲੈ ਤੂੰ ਬੜਾ ਯਾਰ ਫਿਰ ਤੂੰ ਤਾਂ ਹੈ, ਮੈਨੂੰ ਦੱਸੀ ਨਹੀਂ ਅੱਜ ਤੱਕ ਕੋਈ। ਬੋਲਾ ਸੱਚਾ ਪਿਆਰਾ ਇਹਦਾ ਕੀ ਮੁੰਡਾ, ਜੇ ਮੈਨੂੰ ਵੀ ਨਾ ਪਤਾ ਲੱਗਦਾ ਮੈਨੂੰ ਦੱਸਦਾ ਨਹੀਂ ਸੀ ਤੂੰ? ਨਹੀਂ ਦੱਸ ਤਾਂ ਦਿੰਦਾ ਪਰ ਹਾਂ ਕਰਵਾ ਕੇ ਦੱਸਦਾ। ਹਾਂ ਕਰਵਾ ਕੇ ਦੱਸਣਾ ਸੀ। ਅੱਛਾ ਤੂੰ ਮੈਨੂੰ ਆਇਆ ਸੀ ਪਹਿਲਾਂ, ਜੇ ਤੂੰ ਵਿਆਹ ਕਰਾਉਣਾ ਚਾਹੁੰਦਾ ਜਿਹੜਾ ਤਾਂ ਮਾਮੇ ਦਾ ਮੁੰਡਾ ਫੌਜੀ ਮੇਰਾ ਉਹ ਆੜੀ। ਅੱਛਾ ਮਾਂ ਬਹੁਤ ਸਤਿਕਾਰ ਕਰਦਾ ਅਤੇ ਮੈਂ ਕਰਾਂ ਗੱਲ ਉਹਦੇ ਨਾਲ। ਫਿਰ ਤਾਂ ਗੱਲ ਬਣੀ ਪਈ ਆ, ਜਮਾਂ ਬਣੀ ਪਈ। ਤੂੰ ਪੱਗ ਲਾ ਗਿਆ ਪੱਗ ਪੱਗ ਲਾ ਹੋਰ ਪੱਗ ਬਸ ਯਾਰ ਸੈਟਾਂ ਬਈ ਬਸ ਦਾਰੂ ਗੱਲਾਂ ਨੂੰ ਤੇ ਘਿਓ ਮੱਲਾਂ ਨੂੰ ਰੁਕੀ ਰੁੱਖੀ ਨਾ ਪੀਜੀ, ਪਤੰਦਰਾ ਕਿਦਾਂ ਘੱਟ ਪੀਣਾ। ਪਾਣੀ ਤਾਂ ਜਦੋਂ ਠੇਕੇ ਵਾਲੀ ਵਾਧੂ ਪਾ ਦਿੰਦਿਆ। ਚਲੋ ਤੈਨੂੰ ਇੱਕ ਹੋਰ ਗੱਲ ਸਮਝੇ, ਕੁੜੀ ਨੇ ਤੈਨੂੰ ਹਾਂ ਕੀਤੀ ਹੈ, ਸਮਝ ਲੱਗੇ ਕਾਲਜਾ ਮੇਰਾ ਐਡਾ ਹੋਇਆ ਗੱਭਰੂ ਨੇ ਹਾਂ ਕਰਵਾ ਕੇ ਛੱਡੀ। ਅੱਜ ਮੈਂ ਤੂੰ ਗੱਲਾਂ ਪੂਰੀਆਂ ਕਰਤੀਆਂ ਹਨਾ, ਲੈ ਪੀਤੀ ਆ ਫਿਰ ਹਨਾ ਤੇਰੀ। ਤਾਹੀਓ ਤਾਂ ਕਹਿਣਾ ਫਿਰ ਹੁਣ ਮੈਨੂੰ ਕੋਈ ਵਧੀਆ ਜਿਹਾ ਗਾਣਾ ਸੁਣਾ ਦੇ ਜਿਹੜਾ ਤੈਨੂੰ ਵਧੀਆ ਲੱਗਦਾ। ਕਿਹੜਾ ਸੁਣਨਾ ਮੈਨੂੰ? ਤੂੰ ਐਂ ਕਰ ਸੈਡ ਸੌਂਗ ਸੁਣਾਵਾਂ ਮਾਸਟਰ ਸਿੰਘ ਦਾ, ਮੈਨੂੰ ਪਸੰਦ ਆ ਬੰਦਾ ਉਹ ਗਾਉਂਦਾ ਬਹੁਤ ਖਰਾ। ਨਹੀਂ ਹਾਂ ਤੂੰ ਉਹ ਸੁਣਾ ਬੇੜਿਆ ਤੂੰ ਅੜੀਆਂ ਤੇ ਅੜਿਆਂ। ਅੱਛਾ ਹਾਂ ਗਾ ਮੂਡ ਹੋ ਜਾ ਮੈਂ ਉਹਦੇ ਵਾਲਾ ਬਣਿਆ ਪਿਆ ਮੌਸਮ ਸੁਣਾ ਦੇ ਕੇ ਨਾ ਮਾੜੀ ਮੂਲੀ ਖਾ ਲੈ। ਉਹ ਮੂਲੀ ਗੱਲ ਚੜ ਜੂ ਯਾਰ ਗਾਣਾ ਗਾਉਣ ਦੇ ਕਿਵੇਂ ਗਏ ਸੀ ਉਹ ਮੂਹਰੋਂ ਹੋਇਆ ਸੀਗਾ ਮੇਰੀ ਇਕੱਲੀ ਜਿੰਦ ਨੂੰ ਸੌ ਸਿਆਪੇ ਮੇਰੀ ਕੱਲੀ ਜਿੰਦ ਨੂੰ ਸੌ ਸਿਆਪੇ ਉੱਤੋਂ ਬੇਸ਼ੱਕ ਕਰਦੇ ਮਾਪੇ ਤੂੰ ਵੀ ਨਿੱਤ ਮਿਲਣ ਲਈ ਆਖੇ ਮੈਂ ਦੁੱਖਾਂ 'ਚ ਛੜੀ ਵੇੜਿਆ ਤੂੰ ਵੇੜਿਆ ਤੂੰ ਅੜਿਆ ਤੇ ਅੜਿਆ ਅਲੜਦੀ ਜਾਨ ਤੇ ਬਣੀ ਵੇੜਿਆ ਤੂੰ ਅੜਿਆ ਤੇ ਅੜਿਆ ਅਲੜਦੀ ਜਾਨ ਤੇ ਬਣੀ। ਕਿਆ ਬਾਤ ਆ ਬਾਈ ਓਏ ਬਸ ਸੁਣਾ ਦਿਆ ਹੋਰ ਸਾਡੇ ਘਰ ਦੀ ਉੱਚੀ ਕੰਧ ਦੇ ਉੱਤੇ ਬੇਕੱਚ ਲੱਗਿਆ ਜਾ ਨਿਕਲ ਜੂ ਮੇਰੀ ਅੜਿਆ ਜੇ ਤੇਰੇ ਕਿਤੇ ਵਜਿਆ ਹੈ ਜਾ ਨਿਕਲ ਜੂ ਮੇਰੀ ਅੜਿਆ ਜੇ ਤੇਰੇ ਕਿਤੇ ਵਜਿਆ ਵੀ ਉੱਤੋਂ ਬੱਦਲ ਗੱਜਦਾ ਏ ਪੈਂਦੀ ਮੱਠੀ ਜੀ ਕਣੀ ਵੇੜਿਆ ਤੂੰ ਵੇੜਿਆ ਤੂੰ ਅੜਿਆ ਤੇ ਅੜਿਆ ਅਲੜਦੀ ਜਾਨ ਤੇ ਬਣੀ। ਕਿਆ ਬਾਤ ਹੈ ਤੂੰ ਆ ਗਿਆ ਓਏ ਸਵਾਦ ਆ ਗਿਆ ਤੇਰੇ ਪੈ ਤੇ ਖਾੜੀ ਲਾ ਦੂੰ ਓਏ ਹੈਂ ਖਾ ਲਾ ਦੂੰ ਡੀਗਲ ਲੈ ਕੇ ਮਰਾ ਯਾਰ ਉਹਨੂੰ ਸੱਦ ਲਾਂਗੇ ਓਏ ਓਏ ਹੈ ਕਿਆ ਬਾਤ ਲਾਣ ਨੂੰ ਵੀ ਬਾਈ ਯਾਰ ਗਾਉਂ। ਅੱਛਾ ਹਾਂ ਬਸ ਵੇ ਠੀਕ ਆ ਬਾਈ ਹੈਂ ਆਰ ਲੱਗੇ ਸੌ ਤੇਰੀ ਆ ਫਿਰ ਡੀਗਲ ਥੋੜਾ ਦਿਨਾਂ ਦੇ ਲਾ ਦੇ ਪੈ ਖਾਣਾ ਆ ਜੱਕ ਫਿਰ ਪੱਕੀ ਗੱਲ ਹੈ ਪੱਕੀ ਗੱਲ ਆ ਬਸ ਅਸੀਂ ਨਾ ਦੋਨੇ ਰੰਗ ਬਦਲ ਲਏ ਮਗਾ ਪਰ ਬਸ ਖਾੜਾ ਤੁਹਾਡਾ ਬੁੱਕ ਆ ਤੂੰ ਮੇਰਾ ਇੱਧਰ ਕਹਿੰਦਾ ਮਾਂ ਵਾਲਾ ਸੈੱਟ ਕਰ ਉਹ ਇਹ ਤਾਂ ਮੇਰੀ ਜ਼ਿੰਮੇਵਾਰੀ ਫੌਜੀ ਮੈਨੂੰ ਮਨੇ ਨਹੀਂ ਕਰਦਾ ਯਾਰ ਕੀ ਗੱਲ ਆ ਨਰਮਾ ਫੌਜੀ ਉਹ ਯਾਰ 200 ਫਰੰਟ ਸਾਡੀ ਇਕੱਠੀ ਵਾਲੀ ਇਕੱਠਾ ਨਰਮਾ ਵੇਚ ਕੇ ਆਉਣਾ ਇੱਕ ਕਾਰ ਤਾਂ ਸਾਡੀ ਇਕੱਠੀ ਕਣਕ ਵੇਚ ਕੇ ਲੱਲਾ ਫਿਰ ਇਸੇ ਖੁਸ਼ੀ ਜੇ ਚੱਕ ਫੌਜੀ ਮੇਰਾ ਰਿਸ਼ਤਾ ਹੋ ਗਿਆ ਇਹ ਪੱਕਾ ਹੋ ਗਿਆ ਤਾਰੂ ਮੇਰੀ ਹੈ ਨਾ
ਚਾਰੋ ਤੇਰੀ ਹੈ ਪਰ ਚੇਨ ਪਵਾਂ ਵਿਚੋਲੇ ਦੀ ਸ਼ਾਮ ਸੂਪ ਨੀ ਪਵਾਉਂਦਾ ਮੈਂ ਛੈਣ ਛੱਡ ਤੇਰੇ ਸੰਗਲ ਪਾ ਦੂੰ ਰਿਸ਼ਤਾ ਕਰਾ ਦੇ ਸੰਗਲ ਲੱਭ ਵਾਲੀ ਚੈਨ ਵਾਲੀ ਜਿਹਾ ਲਾ ਲੱਗਾ ਲੈ ਫਿਰ ਆਏ ਲੈ ਮੋਲ ਖਾ ਲਾ ਅੱਧੇ ਦੀ ਖਾ ਲਾ ਫਿਰ ਪਿਆਰ ਬਣ ਵਧੀਆ ਰਹਿ ਭਰਾਵਾ ਅੱਧੀ ਅੱਧੀ ਖਵਾਈਏ ਨਾ ਜੂਠੀ ਗੰਜਾ ਦਾ ਜਿਹੜੀ ਬਿਮਾਰੀ ਤੈਨੂੰ ਉਹੀ ਮੈਨੂੰ ਲਾਏਗਾ ਸਾਡਾ ਬਿਮਾਰੀ ਤਾਂ ਉਹੀ ਮਰਜ਼ੀ ਤੈਨੂੰ ਮੈਂ ਤੇ ਮੈਂ ਵੀ ਤੇਰੇ ਜੋ ਜਵਾਨੀ ਹੁੰਦਾ ਸੀ ਹੁਣ ਤੇਰੀ ਭਰੇ ਨਹੀਂ ਪੜਾ ਜਾ ਬਾਰਾਂ ਜਵਾਕਾਂ ਨੇ ਮੈਂ ਵੀ ਤੇਰੇ ਮੰਗੂ ਬਸਾਰੇ ਰਾਜੇ ਰੁਕਦਾ ਹੁੰਦਾ ਸੀ ਕੋਈ ਨਾ ਬੁੱਢੀ ਉਮਰੇ ਪਤਾ ਲੱਗੂ ਗੁਰਦੁਆਰਾ ਹੀਰੇ ਨੇ ਐਵੇਂ ਨੀ ਕਿਹਾ ਸਹੀ ਗੱਲ ਹੈ ਸਾਡਾ ਸ਼ਰਾਬ ਚੰਗੀ ਹੈ ਨਾ ਸ਼ਰਾਬ ਤਾਂ ਚੰਗੀ ਸਵਾਦ ਹੀ ਦੇਤਾ ਜਮਾ ਕਾਹਨੂੰ ਪੁੱਛਦਾ ਪੁੱਛਣ ਦਾ ਕੀ ਆ ਸਮੂਹਾਂ ਨੇ ਯਾਰ ਆਹ ਰਹਿ ਗਿਆ ਹੁਣ ਲਪੇਕ ਜਾ ਇਹ ਲਾ ਲਈ ਮੈਂ ਤਾਂ ਬਸ ਮੈਂ ਯਾਰ ਮੈਂ ਪਿਸ਼ਾਬ ਕਰਿਆ ਮੈਂ ਯਾਰ ਪ੍ਰੈਸ਼ਰ ਬਣ ਗਿਆ ਲੱਤਾਂ ਜੁੜ ਗਈਆਂ ਉਹ ਬੈਠੇ ਬੈਠੇ ਲੀਆਂ ਜਿਵੇਂ ਨਸ਼ਾ ਵਾਲਾ ਹੋ ਗਿਆ ਕਿੱਥੇ ਤੁਰੂ ਗੱਡੀ ਕਿੱਥੇ ਪੱਕ ਜੂ ਮੈਂ ਘਰੇ ਆਖਿਆ ਸੀ ਇਹਨੂੰ ਮੈਂ ਵਧੀਆ ਲੈ ਲਾ ਕਿੱਥੇ ਚੱਲੀਏ ਤੁਰ ਕੇ ਦੇਖੀਏ ਜੇ ਤੇ ਪੈ ਗਿਆ ਬੈਡ ਤੇ ਆ ਉਹ ਡਿੱਗ ਪਿਆ ਓਏ ਬੈਡ ਤੇ ਓ ਓ ਸਰਾਣਾ ਦੇ ਕਿੱਥੇ ਓ ਖੜਾ ਹੋ ਓ ਸਰਾਣਾ ਦਾ ਫੜਾ ਦਿੰਦਾ ਨਾ ਕੰਬੋ ਦਿੱਤਾ ਮੈਂ ਚੱਲੇ ਜੀ ਨੂੰ ਨੰਬਰ ਵੀ ਦੇਤਾ ਸੀ ਨਾ ਫੋਨ ਕੀਤਾ ਨਾ ਸਾਗ ਲੈਣ ਆਇਆ ਮੈਨੂੰ ਤਾਂ ਲੱਗਦਾ ਹੁਣ ਵੀ ਡਰ ਗਿਆ ਪਹਿਲਾਂ ਤਾਂ ਗੱਲ ਕਹਿਣ ਦੀ ਹਿੰਮਤ ਮਸਾਂ ਕੀਤੀ ਅਤੇ ਹੁਣ ਆਉਣ ਵਾਸਤੇ ਵੀ ਉਹਨੂੰ ਪਤਾ ਨਹੀਂ ਹਿੰਮਤ ਮੈਨੂੰ ਵੀ ਦੇਣੀ ਪਊਗੀ ਮੈਂ ਵੀ ਕਮਲੀ ਹਾਂ ਐਵੇਂ ਨੰਬਰ ਦੇ ਦਿੱਤਾ ਮੈਨੂੰ ਤਾਂ ਨਹੀਂ ਲੱਗਦਾ ਉਹਦੇ ਦਿਲ 'ਚ ਕੁਛ ਹੋਣਾ ਪਰ ਐਵੇਂ ਤਾਂ ਨਹੀਂ ਮੇਰੇ ਪਿੱਛੇ ਪਿੱਛੇ ਫਿਰਦਾ ਸੀ ਕਦੇ ਕਿਤੇ ਰੋਕ ਕੇ ਖੜ੍ਹ ਜਾਂਦਾ ਸੀ ਕਦੇ ਕਿਤੇ ਕੋਈ ਕੰਮ ਵੀ ਤਾਂ ਹੋ ਸਕਦਾ ਮੈਂ ਆਪ ਹੀ ਸੋਚੀ ਜਾਂਦੀ ਹਾਂ ਚੱਲ ਕੋਈ ਨਹੀਂ ਦੇਖਦੇ ਹਾਂ ਹੋ ਸਕਦਾ ਕੱਲ੍ਹ ਨੂੰ ਆ ਜੇ ਕੀ ਸੋਚੀ ਜਾਂਦੀ ਹੈ ਮਾਮੀ ਜੀ ਕੁਛ ਨਹੀਂ ਸੋਚਦੀ ਮੈਂ ਤਾਂ ਲਸਣ ਛਿੱਲੀ ਜਾਂਦੀ ਸੀ ਹਜੇ ਛਿੱਲੇ ਨਹੀਂ ਗਾ ਬਸ ਮਾਮੀ ਜੀ ਹੁਣ ਛਿੱਲ ਦਿੰਦੀ ਹਾਂ ਫਟਾਫਟ ਮੈਂ ਸਾਗ ਚੀਰ ਲਿਆ ਸਾਗ ਤਾਂ ਚੀਰਿਆ ਪਿਆ ਮਾਮੀ ਜੀ ਮੇਰੀ ਗੱਲ ਸੋਣਾ ਮੇਰਾ ਫੌਜੀ ਪੁੱਤ ਕੱਲ੍ਹ ਨੂੰ ਆਊਗਾ ਉਹਦਾ ਫੋਨ ਆਇਆ ਸੀ ਅੱਛਾ ਮਾਮੀ ਹਾਂ ਅਤੇ ਨਾਲੇ ਫਿਰ ਤੇਰੇ ਵਿਆਹ ਦੀ ਵੀ ਕੋਈ ਗੱਲ ਛੇੜਨੀ ਆ ਸੁੱਖ ਨਾਲ ਕੋਠੇ ਜਿੱਦੀ ਹੋ ਗਈ ਤੂੰ ਮਾਮੀ ਮੈਂ ਨਹੀਂ ਵਿਆਹ ਬੂਝਾ ਕਰਾਉਣਾ ਨਾ ਪੁੱਤ ਧੀਆਂ ਤਾਂ ਆਪਦੇ ਕਦੇ ਚੰਗੀਆਂ ਲੱਗਦੀਆਂ ਨੇ ਪੇਕੇ ਕਦੇ ਨਹੀਂ ਚੰਗੀਆਂ ਲੱਗਦੀਆਂ ਪੁੱਤ ਚੱਲ ਠੀਕ ਆ ਮਾਮੀ ਚੰਗਾ ਪੁੱਤ ਛਿੱਲ ਲਾ ਤਵ ਤਵ ਅਤੇ ਬਣਾ ਲਾ ਸਾਗ ਬਸ ਹੁਣ ਬਣਾ ਦੇਣੀ ਹੈ ਮਾਮੀ ਵਿਆਹ ਦੀਆਂ ਗੱਲਾਂ ਕਰੀ ਜਾਂਦੀਆਂ ਛੀ ਵਾਰੀ ਉਹਦੇ ਨਾਲ ਕੋਈ ਗੱਲ ਬਣ ਗਈ ਵਿਆਹ ਤਾਂ ਫਿਰ ਮੈਂ ਉਸੇ ਨਾਲ ਹੀ ਕਰਾਉਂਗੀ ਚੱਲ ਆ ਜਾ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਪਰ ਪਤਾ ਨਹੀਂ ਹੁਣ ਉਹਦੇ ਦਿਲ 'ਚ ਕੀ ਹੈ ਸਮਝ ਨਹੀਂ ਆ ਰਹੀ ਮੰਜਾ ਇੰਨਾ ਕਿਉਂ ਕਸਤਾ ਟੂਹੀ ਦੁਖੀ ਜਾਂਦੀ ਹੈ ਹੈ ਚਲੋ ਕਪੇਟ ਤੇ ਪੈ ਗਈ ਸੀ ਕਿੱਥੇ ਪਏ ਹੋਏ ਪੁਆਇ ਨਾ ਥੱਲੇ ਅਮਰ ਵਾਸੇ ਹੋਏ ਰਾਤ ਇੱਥੇ ਪੈ ਗਈ ਸੀ ਹੋਏ ਸਿਰ ਫੜ ਲਿਆ ਹੋਏ ਤਾਂ ਫੜਨਾ ਹੀ ਆ ਕੰਜਰ ਦਿਆ ਬੋਤਲ 'ਚ ਤਾਂ ਇੰਨਾ ਕੁ ਛੱਡਿਆ ਟੱਕ ਜਾ ਉਹ ਕੰਜਰ ਦਿਆ ਪਰ ਵੱਧ ਘਰੇ ਕੋਈ ਦੇਖਿਆ ਤਾਂ ਨਹੀਂ ਹੋਏ ਤਾਰੋ ਦੀ ਖੁਸ਼ੀ 'ਚ ਦਾਰੋ ਅਮਰ ਵਾਸੇ ਮੋਟਰ ਦੀ ਲਟ ਗਏ ਉਹ ਗੱਲ ਸੁਣ ਨੰਬਰ ਉਹਦਾ ਫੋਨ ਵੀ ਨਹੀਂ ਕੀਤਾ ਉਹ ਨੰਬਰ ਮੈਂ ਤੈਨੂੰ ਫੜਾਇਆ ਸੀ
ਉਹਦੇ ਗੋਲੇ ਨੂੰ ਉੱਥੇ ਚੜ੍ਹਨ ਦੇ ਸਕਦੇ ਨੋਟ ਕਾਹਤੇ ਸੀ ਲਿਖਿਆ ਉਹ ਤੇਰੀ ਭੈਣ ਮਰ ਗਏ ਦੱਸ ਦੇ ਨੋਟ ਤੇ ਲਿਖਿਆ ਸੀ ਜਿਹੜਾ ਠੇਕੇ ਵਾਲੇ ਨੂੰ ਦਿੱਤਾ ਉਹਦਾ ਨੰਬਰ 10 ਵਾਲੇ ਨੋਟ ਤੇ ਲਿਖਿਆ ਜਿਹੜਾ ਠੇਕੇ ਵਾਲੇ ਨੂੰ ਦਿਆ ਓਏ ਘਬਰਾਣ ਘਬਰਾਣ ਆਪਣੇ ਘਰਾਂ ਦੇ ਪਿੱਛੇ ਰਹਿੰਦਾ ਕਹਿੰਦਾ ਜਿਹੜਾ ਮੁੰਡਾ ਕੰਮ ਕਰਦਾ ਆਪਾਂ ਉਹ ਘਰੇ ਚੱਲ ਪੜਦੇ ਦੇ ਦੂ ਰੁਪਈਏ ਆਪਣੀ ਜ਼ਿੰਮੇਵਾਰੀ ਹੈ ਐਂ ਕਰ ਚੱਲ ਚੱਲ ਮੈਨੂੰ ਇੱਕ ਪੈਗ ਲਾ ਮੇਰਾ ਸਿਰ ਫੜਿਆ ਉਹ ਯਾਰ ਛੇਤੀ ਡੱਫ ਤੈਨੂੰ ਪੈਗ ਦੀ ਹੋਈ ਵੀ ਮੇਰੀ ਜਾਨ ਤੇ ਬਣ ਗਈ ਯਾਰ ਉਹਦੇ ਨਾਲ ਹਜੇ ਗੱਲ ਵੀ ਕਰਨੀ ਸੀ ਵੀ ਉਹਦੇ ਦਿਲ 'ਚ ਕੀ ਆ ਹੋਰ ਬਸ ਲਾਈ ਨਹੀਂ ਵੀ ਤਾਂ ਤੂੰ ਪੀ ਲਾ ਜਿੰਨਾ ਨੰਬਰ ਮਿਲਿਆ ਹੁਣ ਤਾਂ ਦਿੱਤਾ ਵੀ ਨੰਬਰ ਉਹਨੇ ਆਪ ਨੂੰ ਰੱਖ ਬਸ ਆਹੀ ਕਦਰ ਸੀ ਵੀ ਤੂੰ ਨੰਬਰ ਵੀ ਨਹੀਂ ਸਾਂਭਿਆ ਗਿਆ ਹਜੇ ਜਿਹੜਾ ਫੋਨ ਨਹੀਂ ਲਾਇਆ ਉਹ ਵੱਖ ਕੀ ਪਤਾ ਕੀ ਸੋਚਦੀ ਹੋ ਉਹ ਕੰਜਰ ਦਿਆ ਆਪਾਂ ਨੂੰ ਵੀ ਆਹ ਦਾਰੂ ਲੈ ਕੇ ਪੈ ਗਈ ਬਸ ਪਏ ਰਹਿਣ ਦੇ ਸਮਾਨ ਜਿਹਾ ਆਇਆ ਤੂੰ ਬਣ ਕੇ ਗੱਡੀ ਚਲਾ ਕੇ ਨਾ ਉਹ ਛੱਡ ਦੇ ਇਹਨੂੰ ਯਾਰ ਛੱਡ ਦੇ ਛੱਡ ਦੇ ਕੋਈ ਨਾ ਫਿਰ ਚੱਕ ਲਾਂਗੇ ਆ ਕੇ ਤੂੰ ਚਲਾ ਗੱਡੀ ਚਲਾ ਤੋਰ ਤਾਂ ਲੈਂਗਾ ਗੱਡੀ ਤੂੰ ਨਾ ਮਾਰੀ ਯਾਰ ਅੱਜ ਦਿਨੀ ਮਾੜਾ ਤੋਰ ਕੇ ਨਾ ਖਿੱਚ ਦੇ ਬਾਈ ਬਣ ਕੇ ਕਰੇਂਦੇ ਇਹਦੇ ਬਾਹਰ ਚ ਮਾਰ ਆਪਣੇ ਪਿੰਡ ਦੇ ਮੁੰਡਾ ਟੈਂਸ਼ਨ ਉਹ ਇੱਕ ਮਿੰਟ ਰੁਕ ਰੁਕ ਆ ਜਾਂਦਾ ਕਰੇਂਦਾ ਉਹ ਬਾਈ ਉਰੇ ਛੋਟਾ ਬਾਈ ਹਾਂ ਫਿਰ ਉਹ ਆਪਣੇ ਠੇਕੇ ਤੇ ਤੂੰ ਹੀ ਆ ਬਾਈ ਹਾਂ ਉਹ ਯਾਰ 10 ਦਾ ਨੋਟ ਦਿੱਤਾ ਸੀ ਤੈਨੂੰ ਸੀ ਯਾਰ ਮੇਰੇ ਕੋਲ ਲੱਖਾਂ ਬੰਦੇ ਆਉਂਦੇ 10 ਦਾ ਨੋਟ ਨੂੰ ਮੈਂ ਉਹ ਹੀ ਲਈ ਫਿਰਦਾਗਾ ਤੈਨੂੰ ਬਾਈ ਯਾਰ ਦੇਖ ਲਾ ਕੀ ਪਤਾ ਹੋਵੇ ਬਾਈ ਲੈ ਜਾਂਦੇ ਕੈਸ਼ ਫੜ ਕੇ ਮੇਰੇ ਕੋਲ ਛੋਟਾ ਬਾਈ ਹੈਗਾ ਦੇਖ ਯਾਰ ਬਹੁਤ ਜ਼ਰੂਰੀ ਸੀ ਨਹੀਂ ਵੀਰੇ ਸ਼ਾਮ ਨੂੰ ਕੈਸ਼ ਲੈ ਜਾਂਦੇ ਯਾਰ ਉਸ ਤੋਂ ਬਾਅਦ ਸਾਡੇ ਕੋਲ ਲੱਖਾਂ ਲੋਕ ਆਉਂਦੇ ਆ ਯਾਰ ਐਂ ਅਸੀਂ 10-10 ਦੇ ਨੋਟ ਥੋੜੀ ਸੰਭਾਲੀ ਜਾਂਦੇ ਆ ਨਹੀਂ ਗੱਲ ਦੱਸਦੀ ਨਹੀਂ ਸੀ 500 ਲੈ ਲੈ ਉਹ ਬਹੁਤ ਜ਼ਰੂਰੀ ਸੀ ਯਾਰ ਜੇ ਹੁੰਦਾ ਦੇ ਦਿੰਦੇ ਆਪਾਂ ਨੂੰ ਕਿਹੜਾ ਕਿਤੇ ਹੋਰ 10-10 ਦਾ ਨੋਟ ਕਿੱਥੇ ਗਿਆ ਹੋ ਬਾਈ ਹੁਣ ਵੀਰੇ ਕੀ ਪਤਾ ਕਿਹਦੇ ਕੋਲੇ ਗਿਆ ਹੋ ਕਿਸੇ ਨੂੰ ਮੋੜਿਆ ਗਿਆ ਵੀ ਹੋ ਸਕਦਾ ਹੁਣ ਮਿਲਦਾ ਨਹੀਂ ਮੁਸ਼ਕਲ ਆ ਵੀਰੇ ਬਹੁਤ ਪੁੱਠੇ ਕੰਮ ਕਰਦਾ ਪੁੱਠੇ ਕੰਮ ਹੁਣ ਯਾਦ ਹੀ ਨਹੀਂ ਰਿਹਾ ਇੱਥੇ ਨੋਟ ਕੱਢ ਕੇ ਦੇ ਦਿੰਦੇ ਸੀ ਵਿੱਚ ਹੀ ਉਹ 10 ਦਾ ਨੋਟ ਦਿੱਤਾ ਗਿਆ ਇਹੋ ਜਿਹਾ ਕੀ ਆ ਯਾਰ ਉਹ 10 ਦੇ ਨੋਟ 'ਚ ਬਾਈ ਕੁਛ ਨਹੀਂ ਚੱਲ ਕੋਈ ਨਾ ਜਾ ਬਾਈ ਤੈਨੂੰ ਕਿੰਨੇ ਵਾਰੀ ਕਿਹਾ ਵੀ ਘੱਟ ਡੱਫ ਲਿਆ ਕਰ ਨਾ ਪੀਂਦੇ ਇੱਕ ਦਿਨ ਕੀ ਹੋ ਜਾਂਦਾ ਉਹ ਫਿਰ ਹੁਣ ਮੰਨੂ ਕੀ ਪਾਸੇ ਤੂੰ ਨੋਟ ਦੇ ਹੁਣ ਮੰਨਦਾ ਸੀ ਹੁਣ ਤਾਂ ਪਰਚੀ ਪੁਰਚੀ ਦੇ ਨੰਬਰ ਹੋਣੇ ਪਰਚੀ ਦੇ ਕਿਉਂ ਯਾਰ ਦਿੱਤਾ ਤਾਂ ਨੋਟ ਤੇ ਹੁਣ ਮੇਰੇ ਯਾਦ ਨਹੀਂ ਰਿਹਾ ਵੀ ਖੁਸ਼ੀ ਵਾਲੀ ਸੀ ਉਹ ਨੋਟ ਮੈਂ ਤਾਂ ਬਸ ਖੁਸ਼ੀ ਖੁਸ਼ੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਜਾਇਆ ਘਰੇ ਉਹਦੇ ਕੋਲੇ ਤੈਨੂੰ ਦੁਬਾਰਾ ਨੰਬਰ ਚਾਹੀਦਾ ਤੈਨੂੰ ਕੀ ਪਤਾ ਪਿਆਰ ਵਾਲੀਆਂ ਚੀਜ਼ਾਂ ਦਾ ਯਾਰ ਉਹ ਬਾਈ ਮੈਂ ਵੀ ਬਥੇਰੇ ਪਿਆਰ ਕੀਤੇ ਤੂੰ ਕੱਲ ਨਾ ਜਵਾ ਗਿਆ ਕਿਉਂ ਟੈਨਸ਼ਨ ਲੈ ਮੇਰੀ ਤੈਨੂੰ ਨੰਬਰ ਚਾਹੀਦਾ ਮਾਪੇ ਲੈ ਕੇ ਦੂਗਾ ਟੈਨਸ਼ਨ ਲੈ ਫਿਕਰ ਨਾ ਕਰ ਮਾਮੀ ਜੀ ਤੁਸੀਂ ਨਾ ਵੀਰੇ ਦੇ ਆਉਣ ਤੋਂ ਪਹਿਲਾਂ ਲਾਈਟ ਠੀਕ ਕਰਵਾ ਲਓ ਬਸ ਤੜਕਾ ਤੁੜਕਾ ਮੈਂ ਸਾਗ ਨੂੰ ਲਾ ਤਾ ਫੁਲਕੇ ਵੀਰੇ ਨੂੰ ਗਰਮਾ ਗਰਮ ਮੈਂ ਨਾਲ ਦੀ ਨਾਲ ਲਾ ਦੂੰਗੀ ਚੱਲ ਚੰਗਾ ਪੁੱਤ ਮੈਂ ਬਾਹਰ ਦੇਖਦੀ ਹਾਂ ਕਿਸੇ ਨਹੀਂ ਤਾਂ ਉਹ ਐਂ ਕਹਿ ਦੂਗਾ ਮੇਰੇ ਉਹਨੂੰ ਲਾਈਟ ਵੀ ਨਹੀਂ ਠੀਕ ਕਰਾਈ ਨਾ ਨਾ ਮਾਮੀ ਜੀ ਜਾਓ ਵੀਰੇ ਆਉਂਦੇ ਨੂੰ ਲਾਈਟ ਠੀਕ ਕਰਵਾ ਲਓ ਚੰਗਾ ਪੁੱਤ ਚੰਗਾ ਕਰ ਲੈ ਦੇਖਾਂ ਕਿਸੇ ਨੂੰ ਹੁਣ ਦਰਸ਼ਨ ਦੇ ਦੇ ਤਾਂ ਵੀ ਵਧੀਆ ਪਤਾ ਨਹੀਂ ਕੀ ਸੋਚਦੀ ਹੋਊਗੀ ਆ ਗਈ ਉਹਦੀ ਮਾਮੀ ਪੁੱਤ ਹਾਂਜੀ ਤੂੰ ਪਹਿਲਾਂ ਤਾਂ ਮੈਂ ਦੇਖਿਆ ਨਹੀਂ ਕਿਤੇ ਮੈਂ ਤਾਂ ਆਪਣੇ ਤਾਰੀ ਕੇ ਆਇਆ ਜੀ ਗਮਾਨ 'ਚ ਅੱਛਾ ਅੱਛਾ ਪੁੱਤ ਪੁੱਤ ਤੂੰ ਆ ਲਾਈਟ ਠੀਕ ਕਰ ਲੈਣਾਗਾ ਲਾਈਟ ਠੀਕ ਤਾਂ ਕੀਤੀ ਨਹੀਂ ਪਰ ਮੌਕਾ ਵਧੀਆ ਕਰੇ ਜਾਣ ਹਾਂਜੀ ਕੀ ਹੋਇਆ ਉਹ ਨਾ ਤਾਰ ਖਰਾਬ ਹੋਈ ਪਈ ਆ ਪਤਾ ਨਹੀਂ ਤਾਂ ਟੁੱਟ ਗਈ ਵਿੱਚ ਤੇ ਅੱਜ ਮੇਰੇ ਫੌਜੀ ਦੇ ਪੁੱਤ ਨੇ ਆਉਣਾਗਾ ਤੇ ਉਹ ਆਖੂਗਾ ਲਾਈਟ ਨਹੀਂ ਠੀਕ ਕਰਾਈ ਪੁੱਤ ਤੂੰ ਮੈਨੂੰ ਮਿਲ ਗਿਆ ਬਾਬਾ ਮੈਂ ਕਿਸੇ ਨੂੰ ਹੋਰ ਭਾਲਦੀ ਸੀ ਨਹੀਂ ਨਹੀਂ ਜੀ ਹੋਰ ਨੂੰ ਕਿਉਂ ਭਾਲਣਾ ਨਾਲੇ ਗਮਾਂਡ ਦਾ ਹੀ ਤਾਂ ਸੁੱਖ ਹੁੰਦਾ ਆ ਜਾ ਪੁੱਤ ਜਾਉਂਦਾ ਰਹਿ ਫਿਰ ਤਾਂ ਮੇਰਾ ਕੰਮ ਹੀ ਬਣ ਗਿਆ ਆ ਜਾ ਲੈ ਵੀ ਮਿੱਤਰਾ ਬਣ ਗਈ ਗੱਲ ਹੁਣ ਕਹੇ ਨਹੀਂ
ਅੱਛਾ ਜੀ, ਆ ਨਿਕਲੀ ਪਈ ਆ ਤਾਰ ਥੋੜੀ ਜੀ। ਹਾਂ ਪੁੱਤਾਂ ਤਾਰ ਨਿਕਲੀ ਪਈ ਹੈਗੀ। ਪਲਾਸ ਹੋਊਗਾ ਜੀ? ਹਾਂ ਪੁੱਤ ਹੈਗਾ ਪਲਾਸ। ਫਿਰ ਲੈ ਕੇ ਆਇਓ ਜੀ ਪਲਾਸ। ਦਿੰਨੀ ਆ ਪੁੱਤ ਦਿੰਨੀ। ਲੈ ਨਾਲ ਲੱਗ ਜੀ, ਇੰਨਾ ਕਿਹੜਾ ਹਿਸਾਬ ਕਿਤਾਬ ਆ ਮੈਨੂੰ ਤਾਰਾਂ ਦਾ? ਦੱਸ ਮੈਂ ਕੀ ਆਈ ਟੀ ਕਰੀ ਇਲੈਕਟ੍ਰੀਸ਼ਨ? ਤਾਰੋ ਕਿੱਥੇ ਕੀ ਜਿਹਦੇ ਦਰਸ਼ਨ ਕਰ ਰਹੇ ਉਹਦੇ ਸੁਣੀ ਗਈ ਤਾਰੋ। ਹਾਂ ਮੰਮੀ ਜੀ। ਪਲਾਸ ਪੜਾਈ ਪੁੱਤ ਲਿਆਉਣੀ ਹੈ ਜੀ। ਤੂੰ ਐਂ ਕਰ, ਉਹ ਮੁੰਡਾ ਆਇਆ ਗਾ ਪਤਾ ਨਹੀਂ ਕਿਹਦੇ ਆਇਆ ਸੀਗਾ, ਉਹਨੂੰ ਬੁਲਾ ਕੇ ਲਿਆਂਦਾ, ਉਹਨੂੰ ਪਲਾਸ ਫੜਾ ਕੇ ਆ। ਮਾਮੀ ਜੀ ਮੈਂ ਸਾਗ ਦੇ, ਸਾਗ ਮੈਂ ਦੇਖ ਲੈਂਦੀ ਹਾਂ ਪੁੱਤ, ਤੂੰ ਕੋਲੇ ਖੜ ਕੇ ਲਵਾ ਲਾ ਤਾਰ। ਚੱਲ ਦੇਖ ਲਓ ਮੱਚ ਨਾ ਜਾਵੇ। ਚੰਗਾ ਆ ਲਓ ਪਲਾਸ। ਤੁਸੀਂ ਤੁਸੀਂ ਇੱਥੇ ਕਿਵੇਂ? ਬਸ ਆ ਤਾਰਾਂ ਜੋੜਨ ਆਇਆ ਸੀ। ਜੋੜ ਦੇ ਫਿਰ। ਜੋੜਨ ਦੀ ਕੋਸ਼ਿਸ਼ ਤਾਂ ਕਰਦਾ, ਹਿਸਾਬ ਨਹੀਂ ਆ ਰਿਹਾ ਵੀ ਕਿਵੇਂ ਜੋੜੂ ਤਾਰ। ਮੈਂ ਤਾਂ ਤਾਰਾਂ ਜੋੜਤੀਆਂ ਸੀ, ਮੈਂ ਤਾਂ ਨੰਬਰ ਵੀ ਦਿੱਤਾ ਸੀ, ਤੂੰ ਹੀ ਫੋਨ ਨਹੀਂ ਲਾਇਆ। ਬਸ ਗਲਤੀ ਹੋ ਗਈ ਯਾਰ, ਅਸੀਂ ਨਾ ਥੋੜ੍ਹੀ ਜਿਹੀ ਪੀ ਉੱਤੇ ਜ਼ਿਆਦਾ ਲਈ ਖੁਸ਼ੀ ਦੇ ਵਿੱਚ, ਅਤੇ ਉਹ ਤੇਰਾ ਨੰਬਰ ਸੀ ਜਿਹੜਾ 10 ਵਾਲਾ ਨੋਟ ਹੀ ਅਸੀਂ ਠੇਕੇ 'ਤੇ ਦੇ ਆਏ, ਤਾਂ ਕਰਕੇ ਫੋਨ ਨਹੀਂ ਹੋਇਆ। ਜੇ ਤੁਹਾਡੇ ਦਿਲ ਦੇ ਵਿੱਚ ਹਜੇ ਵੀ ਪਿਆਰ ਆ ਤਾਂ ਆਹ ਮੇਰਾ ਨੰਬਰ ਆ, ਇੱਕ ਵਾਰੀ ਫੋਨ ਕਰ ਲਿਓ ਬਸ। ਠੀਕ ਹੈ, ਤੁਹਾਡੇ ਵਰਗੀ ਨਹੀਂ ਹਿੰਮਤ ਰੱਖਦੀ ਉਹ ਫੋਨ ਕਰਨ ਦੀ। ਚੱਲ ਠੀਕ ਆ, ਅੱਲਾ ਦਾ ਫਿਰ ਮੈਂ ਤਾਰ। ਤਾਰਾਂ ਜੋੜ ਦਿਓ, ਹੋਰ ਨਾ ਮਾਮੀ ਤੋਂ ਗਾਲਾਂ ਨਾਲ ਮੇਰੇ ਪਵਾ ਦੇ ਨਾਲੇ ਆਪ ਲੈ ਲਓ। ਚੱਲ ਠੀਕ ਹੈ, ਤਾਂ ਬਸ ਮੈਂ ਜੋੜਤੀਆਂ ਆਪਣੀਆਂ ਵੀ ਜੁੜ ਜਾਣ ਹੁਣ। ਠੀਕ ਹੈ ਲੈ ਬਈ ਮਿੱਤਰ, ਲਾ ਦੇ ਜੋੜ ਹੁਣ ਤਾਂ ਖੁਸ਼ੀ 'ਚ, ਤਾਂ ਮੈਂ ਨੰਗੀ ਤਾਰ ਨੂੰ ਮੂੰਹ ਨਾਲ ਨਾ ਛਿੱਲਦਾ। ਫੋਨ ਕਰ ਲਿਓ ਇੱਕ ਵਾਰੀ ਤਾਰੋ, ਚੱਕ ਬਈ ਮਿੱਤਰਾ। ਘਰ ਹੈਗੀ ਆ ਤੈਨੂੰ ਸਿਖਾ ਦੂੰਗਾ। ਠੀਕ ਆ, ਪੱਕਾ ਪੱਕਾ ਜਮਾ ਪ੍ਰੋਮਿਸ। ਮੈਂ ਤੈਨੂੰ ਇਹ ਕਹਿਣਾ ਸੀ ਕਿ ਤੈਨੂੰ ਵਿਸ਼ਵਾਸ ਹੈਗਾ ਤੇਰੇ ਘਰ ਦੇ ਤਾਂ ਮੰਨ ਜਾਣਗੇ। ਉਹ ਕਿਵੇਂ ਚੁੱਲੂ? ਠੀਕ ਆ, ਤੂੰ ਕਿੱਧਰ? ਇੱਥੇ ਉਹ ਮੇਰਾ ਪਿੰਡ ਹੈ, ਤੇ ਤੂੰ ਇੱਧਰ ਕਿੱਥੇ? ਮੈਂ ਤਾਂ ਆਪਣੀ ਭੂਆ ਕੋਲ ਰਹਿਣਾ ਇੱਥੇ। ਅੱਛਾ ਅੱਛਾ, ਬੜਾ ਯਾਰ ਕਾਲਜ ਤੋਂ ਬਾਅਦ ਬੜੇ ਟਾਈਮ ਬਾਅਦ ਹੁਣ ਟੱਕਰੇ ਆ, ਬੜੀਆਂ ਯਾਦਾਂ ਜੁੜੀਆਂ ਤੇਰੇ ਨਾਲ ਯਾਰ। ਤੇ ਤੂੰ ਤਾਂ ਦੱਸਿਆ ਵੀ ਨਹੀਂ ਭਰਤੀ ਹੋ ਗਿਆ। ਉਹ ਟੱਕਰੀ ਨਹੀਂ ਜਵਾ ਯਾਰ, ਕਿਤੇ ਆਪਾਂ ਸਭੀ ਮੇਲ ਹੁਣ ਹੋਏ ਆ ਨਾ, ਆਪਣੇ ਕੋਈ ਨੰਬਰ ਨੰਬਰ ਸੀ ਨਾ। ਹੋਰ ਬਈ ਯਾਰ, ਚੱਲ ਆ ਜਾ ਘਰੇ ਚੱਲਦੇ ਆ, ਚਾਹ ਚੂ ਪੀ ਕੇ ਜਾਈ, ਮੈਂ ਵੀ ਹੁਣੀ ਤੁਰੇ ਹੀ ਆਇਆ।
ਅੱਛਾ ਅੱਛਾ ਲਾ ਹੋਰ ਮਿਲ ਗਿਆ ਤੂੰ ਮੈਨੂੰ ਵਧੀਆ ਆ ਕਰ ਬਈ ਆਪਣਾ ਆ ਜਾ ਲੰਘਿਆ 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 ਕਿਸਮਤ ਵੀ ਕਿਹੋ ਜਿਹੇ ਖੇਡ ਖੇਡਦੀ ਆ ਉਹ ਲੰਘਿਆ ਬਈ ਆ ਜਾ ਆ ਗਿਆ ਦੋਸਤ ਹੈ ਇਕੱਠੇ ਪੜਿਆ ਸੀ 10-12 ਸਾਲ ਅੱਛਾ ਬਹਿ ਜਾ ਬਈ ਸਕੂਲ ਚ ਇਕੱਠੀ ਪੜ੍ਹਦੇ ਸੀਗੇ ਜੀ ਉਦੋਂ ਬਾਅਦ ਕਾਲਜ ਚ ਵੀ ਅਸੀਂ ਇਕੱਠੀ ਸੀ ਅੱਛਾ ਪਰ ਸਾਡੇ ਕੋਲ ਨਾ ਤਾਂ ਇੱਕ ਦੂਜੇ ਦੇ ਨੰਬਰ ਸੀ ਤੇ ਨਾ ਮੈਨੂੰ ਇਹ ਪਤਾ ਸੀ ਵੀ ਇਹ ਘਰ ਇਹਨਾਂ ਦਾ ਹੈ ਮੈਂ ਪਾਣੀ ਲੈ ਕੇ ਆਉਣੀ ਆ ਵੀਰੇ ਹਾਂ ਪੁੱਤ ਲਿਆ ਪਾਣੀ ਹੋਰ ਪੁੱਤ ਠੀਕ ਪਹੁੰਚ ਗਿਆ ਹਾਂ ਬੇਬੇ ਸਭ ਠੀਕ ਠਾਕ ਵਧੀਆ ਕੋਈ ਰਾਹ ਦੇ ਵਿੱਚ ਡਿੱਕਤਾਂ ਤਾਂ ਨਹੀਂ ਲੱਗਿਆ ਨਾ ਨਾ ਕੋਈ ਡਿੱਕਾ ਲੱਗਿਆ ਬੇਬੇ ਵਧੀਆ ਠੀਕ ਠਾਕ ਮੈਨੂੰ ਤਾਂ ਫਿਕਰ ਹੋ ਰਿਹਾ ਸੀ ਮੇਰਾ ਪੁੱਤ ਪਹੁੰਚ ਜੇ ਛੇਤੀ ਤੇ ਮਾੜੇ ਨਾ ਪੁੱਤ ਅੱਜ ਕੱਲ ਚੱਲ ਬਈ ਐਂ ਕਰ ਮੈਨੂੰ ਨਾ ਕੰਮ ਆ ਥੋੜਾ ਜਿਹਾ ਤੇ ਉਹ ਭੂਆ ਦੇ ਮੁੰਡੇ ਨੂੰ ਦਵਾਈ ਜੀ ਦਵਾਉਣੀ ਸੀ ਉਹ ਬਾਵਾ ਬਿਮਾਰ ਹੈ ਚਾਹ ਪੀ ਕੇ ਜਾਈ ਬਈ ਉਹ ਬਈ ਚੰਗਾ ਪੁੱਤ ਚੰਗਾ ਮੁੰਡਾ ਇੱਥੇ ਜਾਂਦਾ ਸੀ ਮੈਂ ਤਾਂ ਤਾਰ ਠੀਕ ਕਰਾਉਣੀ ਸੀਗੀ ਇਹ ਤਾਂ ਵਧੀਆ ਆ ਗਿਆ ਵਿਚਾਰਾ ਬੇਬੇ ਤਾਂ ਮੇਰੇ ਨਾਲ ਇਕੱਠਾ ਪੜਿਆ ਸੀ ਤਾਂ 15-16 ਸਾਲ ਅਤੇ ਮੇਰੇ ਦੋਸਤ ਦੀ ਭੈਣ ਹੀ ਨਿਕਲੇ ਹੀ ਰੱਬਾ ਤੂੰ ਵੀ ਬੜੇ ਖੇਡ ਖੇਡਦਾ ਮੈਂ ਤਾਂ ਸੁਣਿਆ ਸੀ ਜਦੋਂ ਮੀਂਹ ਪੈਂਦਾ ਕਹਿੰਦੇ ਸੱਚਾ ਪਿਆਰ ਹੁੰਦਾ ਪਰ ਤੂੰ ਤਾਂ ਅੱਜ ਰੋ ਰਿਹਾ ਰੱਬਾ ਮੇਰਾ ਪਿਆਰ ਮੈਥੋਂ ਦੂਰ ਹੋ ਗਿਆ ਹਜੇ ਮੈਂ ਤਾਂ ਕੱਲ੍ਹ ਹੀ ਸੁਪਨੇ ਸਜਾਉਣੇ ਸਟਾਰਟ ਕੀਤੇ ਸੀ ਵੀ ਰਿਸ਼ਤਾ ਭੇਜਣਾ ਵਿਆਹ ਕਰਾਉਣਾ ਤੇਰੇ ਨਾਲ ਤੂੰ ਤਾਂ ਮੇਰੇ ਸਾਰੇ ਸੁਪਨੇ ਤੋੜਦੇ ਰੱਬਾ ਹੁਣ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਨਾ ਮੈਥੋਂ ਵੀ ਵੇਖਿਆ ਜਾਣੇ ਚੱਲਦਾ ਪਿੰਡ ਹੈਲੋ ਹਾਂਜੀ ਮੈਂ ਤਾਂ ਇਹ ਕਹਿੰਦੀ ਸੀ ਤੁਸੀਂ ਫੱਟ ਦੇਣ ਚਲੇ ਗਏ ਚਾਹ ਵੀ ਨਹੀਂ ਪੀ ਕੇ ਗਏ ਬਸ ਯਾਰ ਮੈਂ ਤਾਂ ਇੱਥੋਂ ਸਦਾ ਲਈ ਜਾ ਰਿਹਾ ਹੁਣ ਕਿਉਂ ਕੀ ਹੋਇਆ ਇਹ ਨਾ ਅਸਲ ਦੇ ਵਿੱਚ ਮੈਨੂੰ ਨਹੀਂ ਪਤਾ ਸੀ ਮੇਰੇ ਯਾਰ ਦਾ ਘਰ ਹੈ ਕਿਤੇ ਨਹੀਂ ਜਾਣਾ ਤੁਸੀਂ ਸੁਣ ਗਈ ਮੇਰੀ ਗੱਲ ਬਸ ਮੈਂ ਆਈ ਨਹੀਂ ਮੈਂ ਜਾ ਰਿਹਾ ਯਾਰ ਮਾਫ ਕਰੀ ਮੈਨੂੰ ਨਹੀਂ ਨਹੀਂ ਮੈਂ ਕਹਿਤਾ ਨਾ ਕਿਤੇ ਨਹੀਂ ਜਾਣਾ ਤੁਸੀਂ ਬਸ ਮੈਂ ਆ ਗਈ ਕੀ ਹੋਇਆ ਤੁਸੀਂ ਕਿਉਂ ਜਾ ਰਹੇ ਹੋ ਬਸ ਤਾਰੋ ਹੁਣ ਆਪਣਾ ਕੁਛ ਨਹੀਂ ਬਣ ਸਕਦਾ ਤੇ ਮੈਂ ਜਾ ਰਿਹਾ ਬਸ ਇੱਥੋਂ ਹੋ ਸਕਦਾ ਮੈਂ ਇੱਥੇ ਤੇਰੇ ਪਿੰਡ ਦੁਬਾਰਾ ਕਦੇ ਵੀ ਨਾ ਆਵਾਂ ਕਿਉਂ ਨਹੀਂ ਹੋ ਸਕਦਾ ਤੇਰੇ ਭਰਾ ਨਾਲ ਮੇਰੀ ਪਤਾ ਕਿੰਨੀ ਪੁਰਾਣੀ ਦੋਸਤੀ ਆ ਮੈਨੂੰ ਨਹੀਂ ਪਤਾ ਸੀ ਵੀ ਉਹਦਾ ਆ ਕਰ ਤਾਂ ਨਹੀਂ ਮੈਂ ਕਦੇ ਵੀ ਤੈਨੂੰ ਕੁਛ ਨਹੀਂ ਕਹਿਣਾ ਸੀ ਫਿਰ ਕੀ ਹੋ ਗਿਆ ਦੋਸਤੀ ਨੂੰ ਰਿਸ਼ਤੇਦਾਰੀ ਵਿੱਚ ਵੀ ਤਾਂ ਬਦਲ ਸਕਦੇ ਹੋ ਨਹੀਂ ਤਾਰੋ ਇਹ ਨਹੀਂ ਹੋ ਸਕਦਾ ਤੁਸੀਂ ਪਤਾ ਨਹੀਂ ਕਿਉਂ ਸੋਚੀ ਜਾਂਦੇ ਹੋ ਕਿਉਂ ਤੁਸੀਂ ਕਰਦੇ ਆ